ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸਿੱਖਿਆ ਤੇ ਸੰਘਰਸ਼ ਆ ਜਿਹੜਾ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ, ਕਿਉਂਕਿ ਸਿਆਸਤ ਚਾਹੁੰਦੀ ਨਹੀਂ ਕਿ ਸਿੱਖਿਆ ਦੇ ਮਾਮਲੇ ਵਿੱਚ ਸੰਘਰਸ਼ ਹੋਵੇ, ਕਿਉਂਕਿ ਸਿਆਸਤ ਸਿੱਖਿਆ ਨੂੰ ਹਮੇਸ਼ਾ ਥੱਲੇ ਰੱਖ ਕੇ ਚੱਲਦੀ ਰਹੀ ਹੈ, ਕਿਉਂਕਿ ਸਿਆਸਤ ਚਾਹੁੰਦੀ ਨਹੀਂ ਜੇ ਨੌਜਵਾਨ ਪੜ੍ਹ ਲਿਖ ਕੇ ਗਿਆ ਤਾਂ ਸਿਆਸਤ ਨੂੰ ਕਾਬੂ ਕਰ ਲਵੇਗਾ। ਇਸ ਲਈ ਸਿਆਸਤ ਸਿੱਖਿਆ ਦੇ ਉੱਪਰ ਹਮੇਸ਼ਾ ਭਾਰੂ ਰਹੀ ਹੈ, ਚਾਹੇ ਉਹ ਸਿੱਖਿਆ ਨੂੰ ਫੰਡ ਦੇਣ ਦੀ ਗੱਲ ਹੋਵੇ, ਚਾਹੇ ਉਹ ਸਿੱਖਿਆ ਦੇ ਸੁਧਾਰ ਦੀ ਗੱਲ ਹੋਵੇ, ਚਾਹੇ ਉਹ ਸਿੱਖਿਆ ਨੀਤੀ ਦੀ ਗੱਲ ਹੋਵੇ। ਬਹੁਤ ਸਾਰੇ ਇਹੋ ਜਿਹੇ ਸਵਾਲ ਸਮਾਜ ਦੇ ਵਿੱਚ ਉੱਠਦੇ ਰਹੇ ਆ, ਪਰ ਜਦੋਂ JNU ਦਾ ਜ਼ਿਕਰ ਹੁੰਦਾ ਤਾਂ JNU ਦੇ ਵਿੱਚ ਜ਼ਿਕਰ ਦੇ ਵਿਚਾਲੇ ਹਮੇਸ਼ਾ ਦੇਸ਼ ਧਰੋਹੀ ਸ਼ਬਦ ਆ ਜਿਹੜਾ ਉਹ ਆ ਕੇ ਜੁੜ ਜਾਂਦਾ। ਕਿਉਂ ਜੁੜਦਾ ਹੈਗਾ? JNU ਦੇ ਵਿੱਚ ਫੀਸ ਦਾ ਮਾਮਲਾ ਜੁੜਿਆ ਹੈਗਾ, ਇਸ 'ਤੇ ਦੇਸ਼ ਧਰੋਹੀ ਵਾਲਾ ਮਾਮਲਾ ਕਿਉਂ ਜੁੜਦਾ ਹੈਗਾ? ਇਹ ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ। ਸਰਕਾਰ ਨਾਲ ਟਕਰਾਅ ਹੁੰਦਾ, ਇਹ ਟਕਰਾਅ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀਗਾ? ਪੁਲਿਸ ਲਾਠੀਚਾਰਜ ਸੁਰੱਖਿਆ ਦਸਤੇ ਜਿਹੜੇ ਉਹ ਤੈਨਾਤ ਕਰਨਾ ਚਾਹੀਦਾ ਕਰਨੇ ਚਾਹੀਦੇ ਸੀਗੇ? ਪੁਲਿਸ ਲਾਠੀਚਾਰਜ ਕਿਉਂ ਹੋਇਆ? ਸਰਕਾਰ ਦੇ ਨਾਲ ਟਕਰਾਅ ਕਿਉਂ ਹੋ ਰਿਹਾ? ਸੋਸ਼ਲ ਮੀਡੀਆ 'ਤੇ ਸਾਰਾ ਟਕਰਾਅ, ਟਰੋਲ ਕਿਉਂ ਕੀਤਾ ਜਾ ਰਿਹਾ ਹੈਗਾ ਅਤੇ ਕਿਸ ਮਨਸ਼ਾ ਦੇ ਨਾਲ ਟਰੋਲ ਕੀਤਾ ਜਾ ਰਿਹਾ ਹੈਗਾ? ਇਹੋ ਜਿਹੇ ਸਵਾਲ ਤੁਹਾਡੇ ਸਾਡੇ ਜ਼ਿਹਨ ਦੇ ਵਿੱਚ ਉੱਠਦੇ ਹੋਣਗੇ। ਪਰ ਅਸਲ ਵਿੱਚ ਇਹ ਵਿਰੋਧ ਹੈ ਫੀਸ ਵਾਧੇ ਦਾ ਹੀ ਹੈਗਾ ਜਾਂ ਇਸ ਦੇ ਪਿੱਛੇ ਕੁਝ ਹੋਰ ਹੈਗਾ? ਕਿਤੇ ਵਾਈਸ ਚਾਂਸਲਰ ਵਾਲਾ ਵਿਰੋਧ ਤਾਂ ਨਹੀਂ ਹੈਗਾ? ਕਿਤੇ ਫੀਸ ਵਾਧੇ ਦੇ ਵਿਰੋਧ ਦੇ ਵਿਚਾਲੇ ਕਿਤੇ ਕੋਈ ਸਿਆਸਤ ਤਾਂ ਨਹੀਂ ਜਿਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹੋ ਜਿਹੇ ਬਹੁਤ ਸਾਰੇ ਸਵਾਲ ਹੋਣਗੇ ਅਤੇ ਇਸੇ ਸਵਾਲ ਨੂੰ ਅਸੀਂ ਪੁੱਛਾਂਗੇ JNU ਜ਼ਰੀਏ ਕਿਹੜੀ ਜੰਕ। JNU 'ਤੇ ਸਿਆਸਤ ਹੋ ਰਹੀ ਹੈ ਅਤੇ ਅੱਜ ਬਹਿਸ ਇਸ ਲਈ ਕਰਨੀ ਪੈ ਰਹੀ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਫੀਸ ਮਾਧੇ ਦਾ ਮਾਮਲਾ ਅਨਸੁਲਝਿਆ ਅਜੇ ਤੱਕ। ਇਹ ਦਿੱਲੀ ਦੇ ਵਿੱਚ JNU ਯੂਨੀਵਰਸਿਟੀ ਹੈਗੀ ਹੈ, JNU ਵਿਦਿਆਰਥੀ ਜਥੇਬੰਦੀਆਂ ਨੇ 29 ਅਕਤੂਬਰ ਤੋਂ ਮੁਜ਼ਾਹਰਾ ਸ਼ੁਰੂ ਕੀਤਾ ਸੀਗਾ। ਮੁਜ਼ਾਹਰੇ ਦੇ ਦੌਰਾਨ ਕੀ ਕੁਛ ਹੋਇਆ ਸਭ ਕੁਛ ਤੁਹਾਨੂੰ ਪਤਾ ਹੈਗਾ, ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ। ਸਦਰੋਂ ਅਤੇ ਇਜਲਾਸ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਦਿੱਲੀ 'ਚ ਜਾਮ ਲਾਇਆ, ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਕਾਰਵਾਈ ਕੀਤੀ, ਲਾਠੀਚਾਰਜ ਹੋਇਆ, ਟਕਰਾਅ ਦੌਰਾਨ ਕਈ ਵਿਦਿਆਰਥੀ ਜ਼ਖਮੀ ਹੋਏ, ਪੁਲਿਸ ਵਾਲਿਆਂ ਨੂੰ ਵੀ ਸੱਟਾਂ ਲੱਗੀਆਂ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰਾਲੇ ਨਾਲ ਵਿਦਿਆਰਥੀਆਂ ਦੀ ਗੱਲਬਾਤ ਫੇਰ ਸਿੱਟਾ ਰਹੀ। ਸੋਸ਼ਲ ਮੀਡੀਆ 'ਤੇ ਸਰਕਾਰ ਅਤੇ ਵਿਦਿਆਰਥੀਆਂ 'ਤੇ ਟਕਰਾਅ ਅਤੇ ਟਰੋਲ ਹੋ ਰਿਹਾ, ਹਜੇ ਵੀ ਹੋ ਰਿਹਾ ਅਤੇ ਸਰਕਾਰੀ ਕਾਰਵਾਈ ਨੂੰ ਦੱਸਿਆ ਜਾ ਰਿਹਾ ਤਾਨਾਸ਼ਾਹੀ ਅਤੇ ਵਿਦਿਆਰਥੀਆਂ ਨੂੰ ਮੁਫਤਖੋਰ ਦੱਸਿਆ ਜਾ ਰਿਹਾ। ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, JNU ਦੇ ਵਿਦਿਆਰਥੀ ਅੰਦੋਲਨ ਵਿੱਚ ਕਿਹੜਾ ਸੱਚ ਛੁਪਾਇਆ ਜਾ ਰਿਹਾ? ਇਸ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਪੈਨਲ ਨਾਲ ਤੁਹਾਡਾ ਤਾਰਫ ਕਰਾ ਰਿਹਾ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਵਿੱਚ ਮੌਜੂਦ ਹੈਗੇ ਆ। ਇਹ ਪ੍ਰੋਫੈਸਰ ਇੰਨੇ ਪੰਜਾਬ ਯੂਨੀਵਰਸਿਟੀ ਵਿੱਚ, ਇਹਨਾਂ ਨੂੰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਪਤਾ ਹੈਗਾ ਅਤੇ JNU ਵਿੱਚ ਵੀ ਇਹਨਾਂ ਦਾ ਅੱਛਾ ਖਾਸਾ ਰਿਸ਼ਤਾ ਰਿਹਾ ਹੈਗਾ, ਉਸ ਬਾਰੇ ਵੀ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ ਅਤੇ ਸਟੂਡੈਂਟ ਲੀਡਰਸ਼ਿਪ ਤੋਂ ਇੱਥੇ ਤੱਕ ਪਹੁੰਚੇ ਹੈਗੇ, ਇਹਨਾਂ ਨੂੰ ਯੂਨੀਵਰਸਿਟੀ ਦੇ ਮਾਹੌਲ ਬਾਰੇ ਪਤਾ ਹੈਗਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਅਤੇ NSU ਦੀ ਸਿਆਸਤ ਕੀ ਹੁੰਦੀ ਹੈ ਉਹ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ, ਇਸ ਕਰਕੇ ਭੁੱਲਰ ਸਿੰਘ ਸੋਦਿਆ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਨਦੀਪ, ਪੰਜਾਬ ਸਟੂਡੈਂਟ ਯੂਨੀਅਨ ਲਲਕਾਰ, ਉਹਦੇ ਕਨਵੀਨਰ ਨੇ ਇਹ, ਅਤੇ ਜਦੋਂ ਸਟੂਡੈਂਟ ਆਪਣੀ ਗੱਲ ਇਸ ਮੰਚ 'ਤੇ ਆ ਕੇ ਦੱਸੇਗਾ ਤਾਂ ਉਹ ਸਹੀ ਤਰੀਕੇ ਨਾਲ ਦੱਸ ਸਕੇਗਾ ਕਿ ਅਸਲ ਵਿੱਚ ਸਿਆਸਤ ਹੋ ਕੀ ਰਹੀ ਹੈ ਅਤੇ ਫੀਸ ਵਾਧੇ ਦਾ ਵਿਰੋਧ ਉਸ ਦੀ ਵਜ੍ਹਾ ਹੈ ਕੀ ਹੈ। ਅਮਨਦੀਪ ਤੁਹਾਡਾ ਬਹੁਤ ਸਵਾਗਤ ਹੈ। ਵਿਜੇ ਕੁਮਾਰ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਅਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦਾ ਸਿੱਧਾ ਨਾਤਾ JNU ਵਿੱਚ ਵੀ ਰਹਿੰਦਾ ਹੈਗਾ, ਇਸ ਕਰਕੇ ਇਹਨਾਂ ਨੂੰ ਸੱਦਿਆ ਹੈਗਾ। ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇੱਥੋਂ ਦਾ ਵਿਦਿਆਰਥੀ ਵਰਗ ਕਿਸ ਤਰੀਕੇ ਨਾਲ ਉੱਥੋਂ ਦੀ ਸਿਆਸਤ ਨੂੰ ਜਾਂ ਉੱਥੋਂ ਦੇ ਵਿਰੋਧ ਨੂੰ ਸਮਝਦਾ ਹੈਗਾ। ਵਿਜੇ ਕੁਮਾਰ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਵਿਜੇ ਤੁਹਾਨੂੰ ਕਰਨਾ ਚਾਹੂੰਗਾ। ਵਿਜੇ, ਅਸਲ 'ਚ ਵਿਰੋਧ ਹੈ ਕੀ ਹੈ? ਅਸਲ 'ਚ ਵਿਰੋਧ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਆ, ਜਿਹੜਾ ਇੱਕ ਪਾਸੇ ਤਾਂ ਜਿਹੜਾ ਫੀਸਾਂ ਦੇ ਵਿੱਚ ਵਾਧਾ, ਦੂਜੇ ਪਾਸੇ ਲਾਇਬ੍ਰੇਰੀ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ, ਵਿਰੋਧ ਇਸ ਚੀਜ਼ ਦਾ ਹੋ ਰਿਹਾ। ਹੋਸਟਲ ਮੈਨੂਅਲ ਜਿਹੜਾ ਨਵਾਂ ਲਿਆਂਦਾ ਉਹਨਾਂ ਨੇ, ਉਸਦੇ ਵਿੱਚ ਹੋਸਟਲ ਦੀ ਟਾਈਮਿੰਗ ਅਤੇ ਉਸਦਾ ਇੱਕ ਡਰੈਸ ਕੋਡ ਨਿਸ਼ਚਿਤ ਕੀਤਾ ਜਾ ਰਿਹਾ। ਅਸੀਂ ਇਹ ਮਤਲਬ ਨਹੀਂ ਸਮਝ ਪਾ ਰਹੇ ਹਾਂ, ਇੱਕ ਸਰਕਾਰ, ਇੱਕ ਯੂਨੀਵਰਸਿਟੀ, ਜਿਹੜੇ ਉਸਦੇ ਵਿੱਚ ਵਿਦਿਆਰਥੀ ਰਹੇ ਨੇ ਉਹ ਕੀ ਕੱਪੜੇ ਪਾਉਣਗੇ, ਕੀ ਕੱਪੜੇ ਨਹੀਂ ਪਾਉਣਗੇ, ਇਹ ਤੈਅ ਕਰਨ ਲੱਗ ਗਈਆਂ ਨੇ, ਬਜਾਏ ਇਸਦੇ ਕਿ ਕਿੰਨੇ ਵਿਦਿਆਰਥੀ ਇਸ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ ਅਤੇ ਉਹਨਾਂ ਨੂੰ ਕੀ ਸਹੂਲਤਾਂ ਮਿਲ ਰਹੀਆਂ ਨੇ ਅਤੇ ਕਿੰਨੀਆਂ ਕੁ ਦੀ ਹੋਰ ਲੋੜ ਹੈ। ਅਤੇ ਇਸ ਗੱਲ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਗਾ ਕਿ ਇਹ ਇਕੱਲੇ ਡਰੈਸ ਕੋਡ ਦਾ ਮਾਮਲਾ ਨਹੀਂ ਹੈ, ਇਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੜ੍ਹ ਰਹੇ ਵਿਦਿਆਰਥੀ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ JNU ਦੇ ਵਿਦਿਆਰਥੀ ਖੁੱਲ੍ਹੇ ਦਿਮਾਗੇ ਵਿਦਿਆਰਥੀ ਨੇ ਅਤੇ ਖੁੱਲ੍ਹ ਕੇ ਆਪਣੀਆਂ ਗੱਲਾਂ ਕਰਦੇ ਨੇ ਅਤੇ ਅੱਜ ਖੁੱਲ੍ਹ ਕੇ ਉਹ ਲੜ ਵੀ ਰਹੇ ਨੇ। ਤੁਹਾਨੂੰ ਲੱਗਦਾ ਕਿ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਹੈ? ਤੁਹਾਨੂੰ ਲੱਗਦਾ ਪਿਆ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੈਸ ਕੋਡ ਰਾਹੀਂ? ਉਹਨਾਂ ਨੂੰ ਲੱਗਦਾ ਗਾ ਕਿ ਜੇ ਡਰੈਸ ਕੋਡ ਲਈ ਮੰਨਣਗੇ ਤਾਂ ਫਿਰ ਅੱਗੇ ਜਾਵਾਂਗੇ। ਹੋਸਟਲ ਦੇ ਵਿੱਚ ਐਂਟਰੀ ਬੈਨ ਕਰਨਾ ਚਾਹ ਰਹੇ ਨੇ, ਹੋਸਟਲ ਦੇ ਵਿੱਚ ਕੁੜੀਆਂ ਅਤੇ ਮੁੰਡੇ ਬੈਠ ਕੇ ਰਾਤ ਰਾਤ ਤੱਕ ਡਿਬੇਟ ਕਰਦੇ ਨੇ, ਉੱਥੇ ਚਰਚਾ ਕਰਦੇ ਨੇ ਕਿ ਦੇਸ਼ ਦੇ ਵਿੱਚ ਚੱਲ ਕੀ ਰਿਹਾ, ਸਿੱਖਿਆ ਦੇ ਵਿੱਚ ਚੱਲ ਕੀ ਰਿਹਾ। ਉਹ ਉਸ ਡਿਬੇਟ ਨੂੰ ਬੰਦ ਕਰਨਾ ਚਾਹੁੰਦੇ ਨੇ, ਉਹ ਚਾਹੁੰਦੇ ਹੀ ਨਹੀਂ ਕਿ
ਜੇਐਨਯੂ ਕਿਹੜੀ ਡਿਬੇਟ ਸ਼ੁਰੂ ਕਰਨਾ ਚਾਹੁੰਦੇ ਆ? ਕਿਹੜੀ ਡਿਬੇਟ ਸ਼ੁਰੂ ਕਰਨਾ ਚਾਹੁੰਦੇ ਆ? ਡਿਬੇਟ ਸ਼ੁਰੂ ਕਰਨਾ ਚਾਹੁੰਦੇ ਵੀ ਭਾਰਤ ਦੇ ਵਿੱਚ ਲਗਾਤਾਰ ਜਿਹੜੇ ਸਿੱਖਿਆ ਦੇ ਉੱਤੇ ਹਮਲੇ ਹੋ ਰਹੇ ਆ, ਭਾਰਤ ਦੇ ਵਿੱਚ ਲਗਾਤਾਰ ਨਸਲੀ ਹਮਲੇ ਜਿਹੜੇ ਲਗਾਤਾਰ ਹੋ ਰਹੇ ਨੇ, ਘੱਟ ਗਿਣਤੀਆਂ ਨੂੰ ਮਾਰਿਆ ਜਾ ਰਿਹਾ। ਅੱਜ ਅਸੀਂ ਦੇਖ ਰਹੇ ਹਾਂ ਬੀਐਚਯੂ ਵਰਗੇ ਸੰਸਥਾਨ ਦੇ ਵਿੱਚ ਇੱਕ ਪ੍ਰੋਫੈਸਰ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਰੋਕਿਆ ਜਾ ਰਿਹਾ ਹੈਗਾ, ਉਹ ਇਸ ਦੇ ਉੱਤੇ ਗੱਲ ਕਰਨਾ ਚਾਹੁੰਦੇ ਨੇ। ਬੀਐਚਯੂ ਦੇ ਵਿੱਚ ਜਦੋਂ ਕੁੜੀਆਂ ਦੇ ਉੱਤੇ ਜੋਨ ਹਿੰਸਾ ਹੁੰਦੀ ਹੈ, ਕੌਣ ਚਾਹੁੰਦਾ? ਕੌਣ ਚਾਹੁੰਦਾ ਇਹੋ ਜਿਹੀ ਡਿਬੇਟ ਖੜੀ ਕਰਨਾ? ਕੌਣ ਚਾਹੁੰਦਾ? ਵਿਦਿਆਰਥੀ ਚਾਹੁੰਦੇ ਨੇ, ਇਸ ਦੇਸ਼ ਦੇ ਵਿਦਿਆਰਥੀ ਚਾਹੁੰਦੇ ਨੇ। ਜਦੋਂ ਦੇਸ਼ ਦੀ ਸੰਸਦ ਮੌਨ ਹੋ ਗਈ ਹੋਵੇ, ਉਦੋਂ ਦੇਸ਼ ਦੇ ਵਿਦਿਆਰਥੀਆਂ ਦੇ ਮੋਢੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ ਵੀ ਉਸ ਦੇਸ਼ ਦੇ ਵਿੱਚ ਜੋ ਚੱਲ ਰਹੀਆਂ ਘਟਨਾਵਾਂ ਨੇ ਉਸ ਦਾ ਜਵਾਬ ਦਿੱਤਾ ਜਾਵੇ। ਅਮਨਦੀਪ, ਤੁਹਾਨੂੰ ਵੀ ਇਉਂ ਲੱਗਦਾ ਕਿ ਵਿਦਿਆਰਥੀ ਦੀ ਮਾਨਸਿਕਤਾ ਜਿਹੜੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਹੈ? ਸਿਰਫ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਹੈ। ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਸਿੱਖਿਆ ਨੀਤੀ ਹੀ ਇਹ ਹੈ ਕਿ ਫੀਸਾਂ ਵਧਾ ਕੇ ਸਿੱਖਿਆ ਦੇ ਵਿੱਚੋਂ ਇਹ 'ਚੋਂ ਪ੍ਰੋਫਿਟ ਵੀ ਕੱਢਿਆ ਜਾਵੇ, ਇਹਦੇ ਉੱਤੇ ਕੋਈ ਖਰਚ ਨਾ ਕਰਨਾ ਪਵੇ ਸਰਕਾਰ ਨੂੰ। ਅਤੇ ਜਿਹੜਾ ਆਮ ਤਬਕਾ ਵਿਦਿਆਰਥੀਆਂ ਦਾ ਆਮ ਘਰਾਂ 'ਚੋਂ ਪੜ੍ਹਨ ਪਹੁੰਚ ਰਿਹਾ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਉਹਨੂੰ ਉੱਥੋਂ ਬਾਹਰ ਕੀਤਾ ਜਾਵੇ। ਪ੍ਰੋਫਿਟ ਬਾਰੇ ਤਾਂ ਗੱਲ ਕੀਤੀ ਨਹੀਂ ਅਸੀਂ ਸਿੱਖਿਆ ਦੇ ਮਾਮਲੇ 'ਚ। ਆਹ ਮੇਰੇ ਕੋਲ ਡਾਟਾ ਪਿਆ ਹੈਗਾ ਜਵਾਹਰ ਲਾਲ ਯੂਨੀਵਰਸਿਟੀ ਦਾ, ਇਹ ਬਹੁਤ ਘਾਟੇ 'ਚ ਹੈਗੀ ਆ। ਨਹੀਂ, ਯੂਨੀਵਰਸਿਟੀ ਘਾਟੇ 'ਚ ਹੋਣ ਜਾਂ ਪ੍ਰੋਫਿਟ ਹੋਣ ਦਾ ਕੋਈ ਮਤਲਬ ਹੀ ਨਹੀਂ, ਸਿੱਖਿਆ ਤਾਂ ਮੁਫਤ ਹੋਣੀ ਚਾਹੀਦੀ ਹੈ। ਫਿਰ ਆਪਾਂ ਪ੍ਰੋਫਿਟ ਵਾਲੀ ਗੱਲ ਨਾ ਕਰੀਏ ਨਾ। ਨਹੀਂ, ਹੁਣ ਜੇ ਫੀਸਾਂ ਵਧਾਈਆਂ ਜਾ ਰਹੀਆਂ ਤਾਂ ਇਹਦਾ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਨਹੀਂ, ਅਸੀਂ ਇਸ ਨੂੰ ਇਸ ਨਜ਼ਰੀਏ ਨਾਲ ਸਮਝ ਸਕਦੇ ਹਾਂ ਕਿ ਯੂਨੀਵਰਸਿਟੀ ਦਾ ਖਰਚਾ ਜਿਹੜਾ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਹੈ। ਅਸੀਂ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਨਹੀਂ, ਅਸੀਂ ਅਲੱਗ ਤਰ੍ਹਾਂ ਡਿਬੇਟ ਕਿਉਂ ਖੜੀ ਕਰ ਰਹੇ ਹਾਂ? ਨਹੀਂ, ਦੋਨੇ ਚੀਜ਼ਾਂ ਨੇ। ਉੱਥੇ ਜਿਹੜਾ ਸਰਕਾਰ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਕਿ ਜੇ ਉਹ ਟੈਕਸ ਲੈ ਰਹੀ ਹੈ ਦੇਸ਼ ਦੇ ਲੋਕਾਂ ਤੋਂ, ਤਾਂ ਉਹਦੇ ਬਦਲੇ 'ਚੋਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਬੁਨਿਆਦੀ ਸਹੂਲਤਾਂ ਦੇਵੇ ਜਿਹਦੇ 'ਚ ਸਿੱਖਿਆ ਵੀ ਆਉਂਦੀ, ਜਿਹਦੇ ਸਿਹਤ ਸਹੂਲਤਾਂ ਵੀ, ਉਹਦੇ ਲਈ ਰੁਜ਼ਗਾਰ ਵੀ ਮੁਹੱਈਆ ਕਰਾਏ, ਚੀਜ਼ਾਂ ਆਉਣ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਅੱਜ ਕੱਟ ਲਾਏ ਜਾ ਰਹੇ ਆ। ਸਿੱਖਿਆ ਦਾ ਜਿਹੜਾ ਅਧਿਕਾਰ, ਉਹ ਫੀਸਾਂ ਵਧਾ ਕੇ ਅਧਿਕਾਰ ਹੀ ਖੋਇਆ ਜਾ ਰਿਹਾ ਪੜ੍ਹਨ ਦੇ। ਇਸ ਸਵਾਲ ਵਿੱਚ ਵਜਨ ਹੈਗਾ। ਹਰਜੀਤ ਸਿੰਘ ਭੱਲਰ, ਕੀ ਜਵਾਬ ਦਿਓਗੇ ਤੁਸੀਂ? ਦੇਖੋ, ਇਸ ਤਰ੍ਹਾਂ ਹੈਗਾ ਕਿ ਠੀਕ ਹੈ, ਨਵੇਂ ਵਿਦਿਆਰਥੀ ਨੇ, ਔਰ ਵਿਦਿਆਰਥੀਆਂ ਜਦੋਂ ਅਸੀਂ ਵੀ ਸਟੂਡੈਂਟ ਲਾਈਫ ਦੇ ਵਿੱਚ ਸੀਗੇ, ਸਾਡੇ ਘਰ ਕਾਲਜ ਦੇ ਵਿੱਚ 1 ਰੁਪਈਏ ਤੋਂ 1.5 ਰੁਪਈਆ ਸਮੋਸਾ ਕਰ ਦਿੱਤਾ ਗਿਆ ਸੀ, 3 ਦਿਨ ਕਾਲਜ ਬੰਦ ਰਿਹਾ ਸੀਗਾ। ਲੇਕਿਨ ਗੱਲ ਇਹ ਨਹੀਂ ਹੈਗੀ ਕਿ ਫੀਸਾਂ ਵਧਾਈਆਂ ਜਾ ਰਹੀਆਂ ਨੇ। ਅਗਰ ਵਿਦਿਆਰਥੀ ਅੱਜ 5,000 ਤੋਂ 8,000 ਰੁਪਇਆ, 10,000 ਰੁਪਇਆ ਪੀ ਜੀ 'ਚ ਰਹਿ ਕੇ ਖਰਚਾ ਕਰ ਸਕਦੇ ਹੈ, ਅਤੇ ਇੱਕ ਹੋਸਟਲ ਦੀ ਫੀਸ ਅਗਰ ਉੱਥੇ 300 ਰੁਪਈਆ ਕਰ ਦਿੱਤੀ ਗਈ ਹੈ, ਤਾਂ ਮੈਨੂੰ ਲੱਗਦਾ ਕੋਈ ਬਹੁਤ ਵੱਡੀ ਕੋਈ ਉਹਦੇ 'ਚ ਕੁਤਾਹੀ ਨਹੀਂ ਕੀਤੀ ਗਈ। ਐਕਚੁਅਲ ਜਿਹੜਾ ਮਾਮਲਾ ਹੈਗਾ ਉੱਥੇ GNU ਦਾ ਜਿਹੜਾ ਮਾਮਲਾ ਹੈਗਾ, ਔਰ ਮੈਂ ਹੁਣੇ ਪਿਛਲੇ ਹੀ ਅਜੇ ਹਫ਼ਤੇ ਉੱਥੇ ਜਾ ਕੇ ਆਇਆ, ਦੇਖ ਕੇ ਆਇਆ, ਉੱਥੇ ਇੱਕ ਸੈਮੀਨਾਰ ਸੀ, ਮੈਂ ਉਹ ਅਟੈਂਡ ਵੀ ਕਰਕੇ ਆਇਆ। ਉੱਥੇ ਦਾ ਮਾਹੌਲ ਇੰਨਾ ਜ਼ਿਆਦਾ ਆਪਸ ਵਿੱਚ ਕਿ ਜਿਹੜੇ ਓਬਜੈਕਸ਼ਨ ਜਿਹੜੇ ਕੀਤੇ ਜਾ ਰਹੇ ਨੇ ਕਿ ਜੀ ਗਰਲਸ ਜਿਹੜੀਆਂ ਸੀਗੀਆਂ ਮੁੰਡਿਆਂ ਦੇ ਹੋਸਟਲ ਜਾ ਸਕਦੀਆਂ ਨੇ, 10 ਵਜੇ ਤੱਕ 11 ਵਜੇ ਤੱਕ ਉੱਥੇ ਰਹਿ ਸਕਦੀਆਂ ਨੇ, ਔਰ ਸਿਗਰਟਾਂ ਸ਼ਰਾਬ ਹੋਸਟਲਾਂ 'ਚ ਜਾਣੀ, ਜਿਹੜੀ ਕਿ ਪੰਜਾਬ ਯੂਨੀਵਰਸਿਟੀ 'ਚ ਵੀ ਕਦੀ ਅਲਾਊਡ ਨਹੀਂ ਹੁੰਦੀ ਸੀਗੀ। ਅੱਜ ਕੀ ਮਾਹੌਲ ਹੈ ਉੱਥੇ, ਇਹਦੇ ਤੁਸੀਂ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਸਮਝ ਲੱਗੂਗੀ ਵੀ ਇੰਨਾ ਜ਼ਿਆਦਾ ਉੱਥੋਂ ਦਾ ਮਾਹੌਲ ਪੜ੍ਹਾਈ ਵਾਲਾ ਤਾਂ ਨਜ਼ਰ ਹੀ ਨਹੀਂ ਆਉਂਦਾ। ਤੁਸੀਂ ਅੱਜ ਜਿਹੜੀ ਆ ਚੱਲ ਰਹੀ ਹੈ ਉੱਥੇ ਸਟ੍ਰਾਈਕ ਚੱਲ ਰਹੀ ਹੈ, ਅਗਰ ਉਹ 'ਚ ਦੇਖੋਗੇ ਤੁਸੀਂ ਤੁਹਾਨੂੰ 50% ਲੋਕ ਉਹ ਮਿਲਣਗੇ ਜਿਹੜੇ 40-45 ਮੈਂ ਤੁਹਾਡੇ ਸਵਾਲ ਨੂੰ ਅੱਗੇ ਵਧਾ ਰਿਹਾ, ਤੁਸੀਂ ਸਕਾਲਰਾਂ ਦੇ ਗੜ ਨੂੰ ਯਾਸ਼ੀ ਦਾ ਅੱਡਾ ਬਣਾਉਣ 'ਚ ਕਿਉਂ ਲੱਗੇ ਹੋਏ ਹੋ? ਨਹੀਂ ਨਹੀਂ, ਬਿਲਕੁਲ ਕਿਉਂ ਕਿਉਂ ਸਾਬਤ ਉਹ ਬਣਿਆ ਹੋਇਆ ਯਾਸ਼ੀ ਦਾ ਅੱਡਾ? ਨਹੀਂ ਨਹੀਂ, ਉਹ ਬਣਿਆ ਹੋਇਆ ਹੈ, ਔਰ ਜਦੋਂ ਤੁਸੀਂ 40-40-45 ਸਾਲ ਦੇ ਲੋਕ ਉੱਥੋਂ ਦੀਆਂ ਮਾਫ ਕਰਨਾ ਦੇਸ਼ ਦੀ ਸੱਤਾ ਦੇ ਵਿੱਚ ਜਿਹੜੇ ਬੈਠੇ ਹੋ ਯਾਸ਼ੀ ਦੇ ਅੱਡੇ 'ਚੋਂ ਪੜ ਕੇ ਆਇਆ। ਇੱਕ ਮਿੰਟ ਬੋਲਰ ਸਾਹਿਬ, ਬਸ ਇੱਕ ਮਿੰਟ, ਵੀ ਪੂਰੀ ਗੱਲ ਹੋ ਲੈਣ ਦਿਓ, ਉਸ ਬਾਅਦ ਤੁਸੀਂ ਅੱਗੇ ਤੁਹਾਨੂੰ ਇਹਦਾ ਜਵਾਬ ਦੇ ਦੂੰਗਾ। ਹਰ ਇੰਸਟੀਟਿਊਸ਼ਨ ਦੇ ਵਿੱਚ ਉੱਥੇ 8,000 ਸਟੂਡੈਂਟਾਂ 'ਚ ਪੜ੍ਹ ਰਿਹਾ ਹੈ, 8,000 ਦਾ 8,000 ਕੋਈ ਸਟ੍ਰਾਈਕ 'ਤੇ ਨਹੀਂ ਹੈ, 200 ਦੇ ਕਰੀਬ ਸਟੂਡੈਂਟ ਨੇ ਜਿਨ੍ਹਾਂ ਦੀ ਲਿਸਟ ਹੈ ਕਿ ਹਾਂ ਇਹ ਲੋਕ ਸਟ੍ਰਾਈਕ 'ਤੇ ਨੇ, ਉਸ ਤੋਂ ਉੱਪਰ ਸਟ੍ਰਾਈਕ 'ਤੇ ਨਹੀਂ ਹੈਗੇ, 8,000 ਸਟੂਡੈਂਟ ਉੱਥੇ ਪੜ੍ਹ ਰਿਹਾ। ਲੇਕਿਨ ਉਹ ਲੋਕ, ਇੱਕ ਮਿੰਟ ਜੀ, ਤੁਹਾਡੀ ਜਦੋਂ ਵਾਰੀ ਹੈ ਕਿ ਬੋਲ ਲਿਓ ਤੁਸੀਂ, ਲੇਕਿਨ ਮਾਹੌਲ ਖਰਾਬ ਕਰਨ ਦੇ ਵਿੱਚ ਉਹੀ 200-300 ਜਾਂ 400 ਸਟੂਡੈਂਟ ਨੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਉੱਥੋਂ ਦਾ। ਔਰ ਤੁਸੀਂ ਹੈਰਾਨ ਹੋ ਗਏ ਵੀ ਕਿਸੇ ਟਾਈਮ ਸਰਕਾਰ ਨੂੰ ਉੱਥੇ ਕੌਂਡਮਸ ਦੀਆਂ ਮਸ਼ੀਨ ਲਾਉਣੀਆਂ ਪਈਆਂ ਸੀ, ਔਰ 18 ਮਸ਼ੀਨਾਂ ਲੱਗੀਆਂ ਸੀਗੀਆਂ ਜਿਹੜੀਆਂ ਹਰ ਤੀਜੇ ਦਿਨ ਦੀਆਂ ਰੀਫਿਲ ਹੁੰਦੀਆਂ ਸੀਗੀਆਂ, 1500 ਇੱਕ ਟਾਈਮ 'ਚ ਰੀਫਿਲ ਹੁੰਦੇ ਸੀਗੇ, ਜਿਸ 'ਚੋਂ ਹਰ ਮਸ਼ੀਨ ਦੇ ਵਿੱਚ 1,000 ਤੋਂ 1,100 ਰੀਫਿਲ ਹੁੰਦੀ ਸੀ। ਪੁੱਲਰ ਸਾਹਿਬ, ਮੈਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਪ੍ਰੋਫੈਸਰ ਮਨਜੀਤ ਸਿੰਘ ਕੋਲ ਮੈਂ ਵਾਪਸ ਆਊਂਗਾ। ਪ੍ਰੋਫੈਸਰ ਮਨਜੀਤ ਸਿੰਘ ਯੂਨੀਵਰਸਿਟੀ 'ਚ ਪੜ੍ਹਾਉਂਦੇ ਰਹੇ ਆ, GNU ਵਿੱਚ ਅਕਸਰ ਇਹ ਜਾਂਦੇ ਰਹਿੰਦੇ ਹੈਗੇ ਆ। ਇਹਨਾਂ ਸਮਝਣ ਦੀ ਕੋਸ਼ਿਸ਼ ਕਰੂੰਗਾ ਕਿ ਸਕਾਲਰਾਂ ਦੇ ਗੜ ਜਿਹੜੇ ਯੂਨੀਵਰਸਿਟੀ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਅਯਾਸ਼ੀ ਦਾ ਅੱਡਾ ਕਿਉਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋਸ਼ਲ ਮੀਡੀਆ 'ਤੇ ਵੀ ਇਹੋ ਜਿਹਾ ਕੋਈ ਟ੍ਰੋਲ ਕੀਤਾ ਜਾ ਰਿਹਾ ਹੈਗਾ, ਜੇ ਤੁਸੀਂ ਉਹ ਤਸਵੀਰਾਂ ਦੇਖ ਲਓਗੇ ਸ਼ਾਇਦ ਤੁਸੀਂ ਵੀ ਸ਼ਰਮ ਨਾਲ ਆਪਣਾ ਸਿਰ ਝੁਕਾ ਲਓਗੇ। ਬ੍ਰੇਕ ਤੋਂ ਵਾਪਸ ਆ ਰਿਹਾ।
जे एन यू के विद्यार्थी अंदोलन में कि सच छुपाया जा रहा है ब्रेक तो असं फिर वापस आ गए हैं बुल्लो साहब अपनी गल फटाफट कंप्लीट कर लो ਤੁਸੀਂ ਤਾਂ ਇਸ ਡਿਬੇਟ ਨੂੰ ਪਤਾ ਨਹੀਂ ਹੋਰ ਹੀ ਪਾਸੇ ਮੋੜਤਾ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹੋ ਤੁਸੀਂ ਭੁੱਲਰ ਸਾਹਿਬ ਮੈਂ ਇਸ ਡਿਬੇਟ ਦੇ ਵਿੱਚ ਉਹ ਸ਼ਬਦ ਦਾ ਜ਼ਿਕਰ ਕਰਦਾ ਵੀ ਚੰਗਾ ਨਹੀਂ ਲੱਗਦਾ ਕੋਈ ਇਹੋ ਜਿਹੇ ਪਾਸੇ ਨਹੀਂ ਮੋੜਿਆ ਹੈਗਾ ਪਿਛਲੇ ਪੰਜਾਬ ਯੂਨੀਵਰਸਿਟੀ 'ਚ ਵੀ ਇਸ ਗੱਲ 'ਤੇ ਬੜੀ ਤਗੜੀ ਐਜੀਟੇਸ਼ਨ ਚੱਲੀ ਸੀਗੀ ਔਰ ਉਹ 'ਚ ਲੜਕੀਆਂ ਨੇ ਬੜੀ ਐਜੀਟੇਸ਼ਨ ਕੀਤੀ ਵੀ ਸਾਨੂੰ ਜਿਹੜਾ ਟਾਈਮ ਹੈ ਉਹ ਵਧਾ ਕੇ ਦਿੱਤਾ ਜਾਵੇ ਕਿਉਂਕਿ ਘੱਟ ਹੈ ਟਾਈਮ ਔਰ ਲੰਬਾ ਟਾਈਮ ਦਿੱਤਾ ਜਾ ਰਾਤ ਨੂੰ ਦੇਖੋ ਅਸੀਂ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਔਰ ਉਸ ਤੋਂ ਉੱਪਰ ਤੱਕ ਰਾਜਨੀਤੀ ਕੀਤੀ ਹੈ ਇੱਥੇ ਔਰ ਸਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਔਰ ਅਸੀਂ ਉਹ ਹਾਲਾਤ ਦੇਖੇ ਨੇ ਜਦੋਂ ਲਾਸਟ ਇਲੈਕਸ਼ਨ ਮੈਂ ਲੜੀ ਹੈ ਔਰ ਉਸ ਤੋਂ ਬਾਅਦ 'ਚ ਲਾਸਟ ਇਲੈਕਸ਼ਨ ਲੜਾਉਣ ਵਾਲਾ ਵੀ ਮੈਂ ਸੀਗਾ ਯੂਨੀਵਰਸਿਟੀ ਦੇ ਵਿੱਚ 84 ਦੇ ਵਿੱਚ ਲਾਸਟ ਇਲੈਕਸ਼ਨ ਲੜੀ ਸੀਗੀ ਉਸ ਤੋਂ ਬਾਅਦ ਇਲੈਕਸ਼ਨ ਬੈਨ ਕਰ ਦਿੱਤੀ ਗਈ ਉਸ ਤੋਂ ਬਾਅਦ 92 'ਚ ਅਸੀਂ ਐਜੀਟੇਸ਼ਨ ਕਰਕੇ ਫਿਰ ਦੁਬਾਰਾ ਇਲੈਕਸ਼ਨ ਲੜੀ ਉੱਥੇ ਔਰ ਅੱਜ ਪੰਜਾਬ ਦੇ ਵਿੱਚ ਅਗਰ ਤੁਸੀਂ ਲੈ ਕੇ ਚੱਲੋ ਮੈਂ ਕਹਿੰਦਾ ਇਹ ਜਿਹੜੀਆਂ ਸਟੂਡੈਂਟ ਯੂਨੀਅਨ ਨੇ ਪੰਜਾਬ 'ਚ ਕਿਉਂ ਨਹੀਂ ਆਵਾਜ਼ ਚੁੱਕਦੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਅਧਿਕਾਰ ਹੀ ਹੈ ਨੀਗਾ ਕਾਲਜਾਂ 'ਚ ਜਿੱਥੇ ਪਹਿਲਾਂ ਇਲੈਕਸ਼ਨਾਂ ਹੁੰਦੀਆਂ ਸੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਇਲੈਕਸ਼ਨਾਂ ਹੁੰਦੀਆਂ ਸੀ ਮੰਜ਼ੂਰੀ ਮਿਲ ਚੁੱਕੀ ਆ ਮੈਂ ਦੱਸ ਰਿਹਾ ਨਾ ਵੀ ਉਹ ਅਧਿਕਾਰ ਹੀ ਨਹੀਂ ਸੀਗਾ ਕਿਉਂ ਨਹੀਂ ਉੱਥੇ ਜਾ ਕੇ ਗੱਲ ਕਰਦੇ ਉਹਨਾਂ ਜਿਹੜੇ ਅਧਿਕਾਰ ਨੇ ਅੱਜ ਵੀ ਜਿਹੜਾ ਹੈਗਾ ਇਹ ਸਾਰਾ ਇਲੈਕਸ਼ਨ ਦਾ ਰੌਲਾ ਤਾਂ ਨਹੀਂ ਜੀਐਨਯੂ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਆ ਉਹਦਾ ਰੌਲਾ ਤਾਂ ਨਹੀਂ ਹੈਗਾ ਨਹੀਂ ਬਿਲਕੁਲ ਨਹੀਂ ਉਹਦਾ ਰੌਲਾ ਕੋਈ ਨਹੀਂ ਹੈਗਾ ਉਹਦੇ ਵਾਰ-ਵਾਰ ਜਿਹੜੇ ਉਹ ਖੱਬੇ ਪੱਖੀ ਜਿੱਤਦੇ ਪਏ ਆ ਉਹਦਾ ਕੋਈ ਰੌਲਾ ਨਹੀਂ ਹੈਗਾ ਹੁਣ ਥੋੜਾ ਜਿਹਾ ABP VP ਦੇ ਨੇੜੇ ਆ ਗਈ ਆ ਇਸ ਲਈ ਹੁਣ ਤਕਲੀਫ ਹੋ ਰਹੀ ਆ ਨਹੀਂ ਜੀ ਬਿਲਕੁਲ ਨਹੀਂ ਜੀ ਹਾਂ ਇਹ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਲੇਕਿਨ ਸਿਰਫ ਇੱਕ ਚੀਜ਼ ਹੈ ਕਿ ਕੁਝ ਪਾਰਟੀਆਂ ਜਿਹੜੀਆਂ ਨੇ ਚਾਹੇ ਉਹ ਸਟੂਡੈਂਟ ਲੀਡਰਸ਼ਿਪ ਨੇ ਉਹਨਾਂ ਪਾਰਟੀਆਂ ਦੀਆਂ ਉਹ ਆਪਣੀ ਹੋਂਦ ਬਚਾਉਣ ਦੇ ਚੱਕਰ 'ਚ ਲੱਗੀਆਂ ਹੋਈਆਂ ਨੇ ਉਹਦਾ ਕਰਕੇ ਸਰਕਾਰ ਨੂੰ ਬਦਨਾਮ ਕਰ ਰਹੀਆਂ ਨੇ ਠੀਕ ਹੈ ਪ੍ਰਸਮਨਜੀਤ ਸਿੰਘ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਸਰਕਾਰ ਕਹਿ ਰਹੀ ਹੈ ਸਵਾਲ ਇਹ ਹੈਗਾ ਵਿਦਿਆਰਥੀ ਕਹਿ ਰਿਹਾ ਕਿ ਵਿਦਿਆਰਥੀਆਂ ਦੇ ਨਾਂ ਤੇ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਦਿਆ ਦੇ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲ ਵਿੱਚ ਬਦਨਾਮ ਹੋ ਕੌਣ ਰਿਹਾ ਦੇਖੋ ਜਿਸ ਦਿਨ ਇਹ ਰਾਜ ਸਭਾ ਦੇ ਵਿੱਚ ਬਿੱਲ 1965 ਵਿੱਚ ਪੇਸ਼ ਹੋਇਆ ਸੀਗਾ ਮਤਲਬ ਇਹ ਤੇ ਡਿਬੇਟ ਹੋਈ ਸੀ ਕਿ ਇੱਕ ਯੂਨੀਵਰਸਿਟੀ ਇਹੋ ਜਿਹੀ ਬਣਨੀ ਚਾਹੀਦੀ ਹੈ ਜਿਹੜੀ ਰਿਸਰਚ ਬੇਸਡ ਹੋਵੇ ਜਿਸ 'ਚ ਸੋਸ਼ਲ ਸਾਇੰਸਿਸ ਖਾਸ ਕਰਕੇ ਹੈਗੀਆਂ ਉੱਥੇ ਨੈਚੁਰਲ ਸਾਇੰਸਿਸ ਦਾ ਬਹੁਤਾ ਬੋਲਬਾਲਾ ਹੈ ਨਹੀਂ ਜਿਹੜੀ ਲਾਰਜਲੀ PhD ਸੈਂਟ੍ਰਿਕ ਹੈਗੀ ਆ ਕਿਉਂਕਿ ਰਿਸਰਚ ਬੇਸਡ ਯੂਨੀਵਰਸਿਟੀ ਹੈਗੀ ਆ ਔਰ ਜਿੱਥੇ ਪੋਸਟ ਗ੍ਰੈਜੂਏਟ ਸਟੂਡੈਂਟ ਔਰ ਅੰਡਰ ਗ੍ਰੈਜੂਏਟ ਕੁੱਲ ਮਿਲਾ ਕੇ 40% ਵੀ ਨਹੀਂ ਹੈਗੇ 38-37% ਹੈਗੇ ਆ ਮਤਲਬ ਲਾਰਜਲੀ ਉਹ PhD ਕਰਾਉਣ ਵਾਲੇ ਯੂਨੀਵਰਸਿਟੀ ਇਹ ਇੱਕ ਦੇਸ਼ ਲਈ ਥਿੰਕ ਟੈਂਕ ਸੀ ਔਰ ਜਿਹਦੇ ਪ੍ਰੀਐਂਬਲ 'ਚ ਤੁਸੀਂ ਇਹ ਲਿਖਿਆ ਹੋਇਆ ਸੀ ਕਿ ਇਹ ਤਰਕਸ਼ੀਲਤਾ ਦੇ ਨਾਲ ਹੋਊਗੀ ਇੱਥੇ ਸਾਇੰਟੀਫਿਕ ਕੁਐਰੀ ਦਾ ਇੱਕ ਮੰਦਿਰ ਹੋਊਗਾ ਔਰ ਇਹਦੇ ਅੰਦਰ ਸਾਇੰਟੀਫਿਕ ਸੋਸ਼ਲਿਜ਼ਮ ਦੇ ਆਈਡੀਆਜ਼ ਜਿਹੜੀ ਪ੍ਰਚਲਨ ਆ ਉਹ ਦੇਸ਼ ਦੇ ਅੰਦਰ ਜਾਂ ਤੁਸੀਂ ਇੰਝ ਕਹਿ ਲਓ ਕਿ ਸੋਸ਼ਲ ਵੈਲਫੇਅਰਿਜ਼ਮ ਸੋਸ਼ਲ ਜਸਟਿਸ ਤਰਕਸ਼ੀਲਤਾ ਇਹ ਸਾਰੀਆਂ ਗੱਲਾਂ ਬਿਲਕੁਲ ਔਰ ਉਹਦੇ 'ਚ ਕਿਹਾ ਗਿਆ ਸੀਗਾ ਉਦੋਂ ਹੀ ਡਿਬੇਟ ਦੇ ਵਿੱਚ ਕਿ ਇਹ ਯੂਨੀਵਰਸਿਟੀ ਹੋਰਨਾਂ ਯੂਨੀਵਰਸਿਟੀਆਂ 'ਚੋਂ ਇੱਕ ਯੂਨੀਵਰਸਿਟੀ ਨਹੀਂ ਹੋਣੀ ਚਾਹੀਦੀ ਇਹਦੀ ਦਿੱਖ ਬਿਲਕੁਲ ਅਲੱਗ ਹੋਣੀ ਚਾਹੀਦੀ ਔਰ ਉਹਦਾ ਨਾਂ ਵੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਰੱਖਿਆ ਗਿਆ ਅਤੇ ਵੱਡਾ ਸਾਰਾ ਸਟੈਚੂ ਐਡਮ ਬਲੋਕ ਦੇ ਸਾਹਮਣੇ ਅੱਜ ਵੀ ਜਵਾਹਰ ਲਾਲ ਨਹਿਰੂ ਜੀ ਦਾ ਉੱਥੇ ਮੌਜੂਦ ਹੈਗਾ ਮੈਨੂੰ ਲੱਗਦਾ ਕਿ ਜਿਹੜੀ ਅਸਲੀ ਰਾਜਨੀਤੀ ਹੈ ਕਿ ਇਹ ਜਿਸ ਕਰਕੇ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਵੈਰੀ ਬਿੱਲ ਜਿਹੜਾ 1969 'ਚ ਇਹਦਾ ਰੈਜੋਲਿਊਸ਼ਨ ਪਾ ਬਿੱਲ ਬਣ ਗਿਆ ਯੂਨੀਵਰਸਿਟੀ ਜਦੋਂ ਫਾਊਂਡੇਸ਼ਨ ਆਈ ਹੈ 50 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਅੱਖਾਂ ਦੇ ਸਾਹਮਣੇ ਸਨ 70 ਤੋਂ ਅਤੇ 71 ਤੋਂ ਮੈਂ ਉੱਥੇ ਜਾਂਦਾ ਇਹਨੂੰ ਵੱਧਦੀ ਫੁੱਲਦੀ ਨੂੰ ਦੇਖ ਰਿਹਾ ਇਹ ਇੱਕ ਮਹਿਜ਼ ਯੂਨੀਵਰਸਿਟੀ ਹੈ ਜਿਹੜੀ ਯੂਨੀਵਰਸਿਟੀਆਂ ਦੇ ਅਸਲੀ ਵੈਸਟਰਨ ਯੂਨੀਵਰਸਿਟੀਆਂ ਨਾਲੋਂ ਵੀ ਕਈ ਤਰੀਕਿਆਂ ਨਾਲ ਵੱਧ ਦੇ ਸਟੈਂਡਰਡ ਨੂੰ ਮੇਨਟੇਨ ਕਰਦੀ ਆ ਔਰ ਉਸ ਨੂੰ ਮੀਟ ਕਰਦੀ ਹੈਗੀ ਬਾਕੀ ਤੁਸੀਂ ਦੇਖ ਲਓ ਜਿੱਥੇ ਜਿੱਥੇ ਜਾ ਕੇ ਸਟੈਂਡਰਡ ਨੂੰ ਆਯਾਸ਼ੀ ਦਾ ਡਰ ਸੀ ਨਹੀਂ ਨਹੀਂ ਉਹ ਇਹਨਾਂ ਨੂੰ ਕਰੀ ਜਾਣ ਦਿਓ ਕੀ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਜਿਹੜੀਆਂ ਔਰਤਾਂ ਦੀਆਂ ਬਾਡੀ ਨੂੰ ਕੰਟਰੋਲ ਕਰਕੇ ਰੱਖਿਆ ਜਾਵੇ ਉਹਨਾਂ ਦੀ ਸੈਕਸ਼ੁਅਲਿਟੀ ਨੂੰ ਕੰਟਰੋਲ ਕਰਕੇ ਰੱਖਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਪਰਦੇ ਪਿੱਛੇ ਰਹਿਣਾ ਤੁਸੀਂ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਕੌਣ ਹੁੰਦੇ ਆ ਦੱਸਣ ਵਾਲੇ ਇਹ ਕੌਣ ਹੁੰਦੇ ਆ ਰੌਲਾ ਪਾਉਣ ਵਾਲੇ ਉੱਥੇ ਲੜਕੀਆਂ ਜ਼ਿੰਮੇਵਾਰ ਆ ਕਦੀ ਕੁਛ ਇਹੋ ਜਿਹੀ ਗੱਲ ਨਹੀਂ ਉਹ ਬੋਆਇਜ਼ ਦੇ ਹੋਸਟਲ 'ਚ ਜਾਂਦੀਆਂ ਬੋਆਇਜ਼ ਲੜਕੀਆਂ ਦੇ ਹੋਸਟਲ 'ਚ ਨਹੀਂ ਜਾ ਸਕਦੇ ਉੱਥੇ 10-11 ਵਜੇ ਤੱਕ ਬੈਠ ਕੇ ਜਿਹਨੇ ਬੈਠਣਾ ਉੱਠਣਾ ਕਿਉਂ ਨਹੀਂ ਬੈਠਣੇ ਉੱਠਣਗੇ ਸਾਨੂੰ ਕੀ ਤਕਲੀਫ ਢਿੱਡ 'ਚ ਕੀ ਹੈਗੀ ਸਾਨੂੰ ਕਿਹੜੀ ਗੱਲ ਦੀ ਪੀੜ ਆ ਇੱਕ ਹੋਸਟਲ ਦੇ ਵਿੱਚ ਮੈਂ ਤੁਹਾਨੂੰ ਪ੍ਰਸਮਜੀਤ ਸਿੰਘ ਮਸਲਾ ਜਿਹੜੇ ਉੱਥੋਂ ਦੇ ਵਾਈਸ ਚਾਂਸਲਰ ਆ ਜਗਦੀਸ਼ ਕੁਮਾਰ ਜੀ ਉਹਨਾਂ ਦਾ ਤਾਂ ਨਹੀਂ ਹੈਗਾ ਨਹੀਂ ਨਹੀਂ ਦੇਖੋ ਹੁਣ ਹੋਇਆ ਕੀ ਆ ਪਿਛਲੇ 4 ਸਾਲ ਕਿਉਂਕਿ ਉਹਨਾਂ ਦੀ ਐਂਟਰੀ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋ ਰਿਹਾ ਇਸੇ ਹੀ ਗੌਰਮੈਂਟ ਨੇ ਜਾਂ ਇਸੇ ਹੀ ਜਿਹੜਾ ਹੋਣ ਵਾਲੀ ਯੂਨੀਵਰਸਿਟੀ ਸਾਰਾ ਕੁਝ ਆ ਐਡਮਿਨਿਸਟ੍ਰੇਸ਼ਨ ਜਦੋਂ NDA ਗੌਰਮੈਂਟ ਆਈ ਆ ਇੱਥੇ ਜੀ ਟੈਂਕ ਰੱਖ ਕੇ ਰੱਖੋ ਇਹਦੇ ਸਾਹਮਣੇ ਜਿਹੜਾ ਯੂਨੀਵਰਸਿਟੀ ਦਾ ਕੀ ਇਹਦਾ ਉੱਥੋਂ ਦੀ ਦੇਖੋ ਇਹ ਯੂਨੀਵਰਸਿਟੀ ਬਿਨਾਂ ਸਟੂਡੈਂਟ ਯੂਨੀਅਨ ਜਿਹੜੀ JNU ਸਟੂਡੈਂਟ ਯੂਨੀਅਨ ਆ ਉਹਦੇ ਕੋਆਪਰੇਸ਼ਨ ਅਤੇ ਕੰਸੈਂਟ ਤੋਂ ਬਗੈਰ ਨਹੀਂ ਚੱਲ ਸਕਦੀ ਇਹ ਯੂਨੀਵਰਸਿਟੀ ਬਿਨਾਂ ਜਨੂਟਾ ਜਿਹੜੀ ਉੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਹੈਗੀ ਹੈ ਉਹਨਾਂ ਦੀ ਮਨਜ਼ੂਰ 48 ਦੇ ਟੀਚਰਾਂ ਦੇ ਉੱਤੇ FIR ਦਰਜ ਕਰਨ ਨੂੰ ਫਿਰਦੇ ਇਨਕੁਆਇਰੀ ਬਿਠਾਈ ਹੋਈ ਆ ਕਿ ਇਹਨਾਂ ਨੇ ਪ੍ਰੋਟੈਸਟ ਕਿਉਂ ਕੀਤਾ ਇਹ ਯੂਨੀਵਰਸਿਟੀ ਦੀ ਸਭ ਤੋਂ ਵੱਡਾ ਧੱਬਾ ਇਹ ਆ ਕਿ ਤੁਸੀਂ ਵਾਈਸ ਚਾਂਸਲਰ ਦੇ ਚਾਰੋਂ ਤਰਫ
ਇਹ ਕਦੀ ਨਹੀਂ ਸੀ ਇੱਥੇ ਪੰਜਾਬ ਯੂਨੀਵਰਸਿਟੀ 'ਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹੋ ਜਿਹਾ ਵਾਈਸ ਚਾਂਸਲਰ ਦੇ ਦਫ਼ਤਰ 'ਤੇ ਅਸੀਂ ਚਾਰੋਂ ਪਾਸੇ ਪਤਾ ਨਹੀਂ 200 ਮੀਟਰ ਤੱਕ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਅਸੀਂ ਇਹ ਕਿਹਾ ਕਿਵੇਂ ਨਹੀਂ ਕਰ ਸਕਦੇ ਉਹ ਬਿਲਕੁਲ ਅਸੀਂ ਉਹ ਸਾਰਾ ਕਾਨੂੰਨ ਤੋੜ ਕੇ ਰੱਖਿਆ ਉੱਥੇ ਅਜੇ ਵੀ ਲਾਗੂ ਕੀਤਾ ਜਦੋਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਯੂਨੀਵਰਸਿਟੀ ਦੇ ਟੀਚਰਾਂ ਨੇ 48 ਟੀਚਰਾਂ ਦੇ ਉੱਤੇ ਕੇਸ ਬਣਾ ਕੇ ਉਹਨਾਂ ਨੂੰ ਬਾਹਰ ਕੱਢਣ ਦੇ ਜਿਹੜੇ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲੀ ਲੜਾਈ ਇਹ ਹੈ ਕਿ ਜਿਹੜੀ ਉੱਥੇ ਦੀ ਤਰਕਸ਼ੀਲਤਾ ਖਤਮ ਕਰਕੇ ਉੱਥੋਂ ਦੇ ਜਿਹੜੇ ਸੈਂਟਰ ਟੂ ਲੈਫਟ ਆਈਡੀਆਜ਼ ਆ ਲਗਾਤਾਰ ਜਿਹੜੇ ਇਹ ਕਲਾਸ ਤੁਹਾਨੂੰ ਪਤਾ ਕਿ 71 ਦੁਨੀਆ ਦੀਆਂ ਯੂਨੀਵਰਸਿਟੀਆਂ ਨਾਲ ਇਸ ਯੂਨੀਵਰਸਿਟੀ ਦਾ MOU ਆ ਜਿਸ ਦਿਨ ਕਨਹੱਈਆ ਕੁਮਾਰ ਨੂੰ ਕੱਢਣ ਦਾ ਉਹਦੇ 'ਤੇ ਐਕਸ਼ਨ ਲੈਣ ਦੀ ਉਹਦੇ ਪ੍ਰਧਾਨ ਦੇ ਉੱਤੇ ਕੋਸ਼ਿਸ਼ ਕੀਤੀ ਸੀ ਕਿੱਥੋਂ ਕਿੱਥੋਂ ਲੋਕਾਂ ਦੀਆਂ ਕਾਲ ਆਈਆਂ ਨੋਮ ਚੌਮਸਕੀ ਤੋਂ ਆਈਆਂ ਅਕੀਲ ਬਿਲਗ੍ਰਾਮੀ ਤੋਂ ਆਈਆਂ ਜਿਹੜੇ ਦੁਨੀਆ ਦੇ ਰਿਨਾਊਂਡ ਸਕਾਲਰ ਹੈਗੇ ਆ ਉਹਨਾਂ ਨੇ ਕਿਹਾ ਕਿ ਕੀ ਕਰ ਰਹੇ ਆ ਤੁਸੀਂ ਕਿਉਂ ਧੱਕਾ ਕਰ ਰਹੇ ਉਸੇ ਕਨਹੱਈਆ ਕੁਮਾਰ ਨੇ ਸਵਾਲ ਚੁੱਕਿਆ ਕਿ ਸਬਸਿਡੀ ਵਾਲਾ ਜਿਹੜਾ ਸਵਾਲ ਜਿਹੜਾ ਆਰਗੂਮੈਂਟ ਖੜਾ ਕੀਤਾ ਜਾ ਰਿਹਾ ਅਤੇ ਜਿਹੜਾ ਅਯਾਸ਼ੀ ਵਾਲਾ ਆਰਗੂਮੈਂਟ ਖੜਾ ਕੀਤਾ ਜਾ ਰਿਹਾ ਉਹ ਜਾਣ ਬੁੱਝ ਕੇ ਇਹ ਇਸ ਲਈ ਖੜਾ ਕੀਤਾ ਜਾ ਰਿਹਾ ਤਾਂ ਜੋ ਕੋਈ ਗਰੀਬ ਵਰਗ ਦਾ ਦਲਿਤ ਵਰਗ ਦਾ ਵਿਦਿਆਰਥੀ ਵੱਡਾ ਹੋ ਕੇ ਸਕਾਲਰ ਨਾ ਬਣ ਸਕੇ। ਮੈਂ ਲਾਸਟ ਨਿੱਕੀ ਜੀ ਗੱਲ ਜ਼ਰੂਰ ਕਰਨੀ ਚਾਹੁੰਦਾ, ਇਹ ਇਕੱਲੀ ਇੱਕ ਫੁੱਲ ਆਫ ਸਕਾਲਰਸ ਅਤੇ ਵਾਈਬ੍ਰੈਂਟ ਅਤੇ ਜਿੱਥੇ 24 ਘੰਟੇ ਬੱਚੇ ਕੰਟੀਨ 'ਤੇ ਵੀ ਬੈਠ ਕੇ ਦੇਸ਼ ਅਤੇ ਵਿਦੇਸ਼ ਦੀ ਦੁਨੀਆ ਅਤੇ ਗਰੀਬ ਦੇ ਨਾਲ ਉੱਥੋਂ ਦੇ ਲੋਕਾਂ ਨਾਲ ਜਿੱਥੇ ਜਿੱਥੇ ਵੀ ਧੱਕਾ ਹੁੰਦਾ ਉਹਦੇ ਬਾਰੇ ਸਿਰਫ ਗੱਲਾਂ ਹੀ ਨਹੀਂ ਕਰਦੇ, ਡਿਬੇਟ ਹੀ ਨਹੀਂ ਕਰਦੇ, ਚਰਚਾ ਕਰਕੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਆ। ਇਹ ਯੂਨੀਵਰਸਿਟੀ ਜਿਹੜਾ ਅਸਲੀ ਪਰਪਜ਼ ਕਿਸੇ ਵੀ ਤੁਸੀਂ ਤਕਸਲਾ ਕਹਿ ਲਓ ਜਾਂ ਹੋਰ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਸੀ ਜਿਨ੍ਹਾਂ ਨੂੰ ਅੱਜ ਯਾਦ ਕਰਦੇ ਹਾਂ, JNU ਦਾ ਇੱਕ ਵੈਰੀ ਫਾਊਂਡੇਸ਼ਨ ਇਹੋ ਜਿਹੀ ਹੈਗੀ ਹੈ ਕਿ ਉਹਨੂੰ ਤੁਸੀਂ ਜੇ ਕੰਟੇਨ ਅਤੇ ਕੰਟਰੋਲ ਅਤੇ ਅਨਡੈਮੋਕ੍ਰੇਟਿਕਲੀ ਟੌਪ ਡਾਊਨ ਤੁਸੀਂ ਬਿਊਰੋਕਰੇਸਟਿਕ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਵਿਸਫੋਟਕ ਹੋਊਗਾ ਜਿਹੜਾ ਬਾਰ ਬਾਰ ਹੋ ਗਿਆ। ਵਿਜੇ ਕੁਮਾਰ, ਤੁਹਾਨੂੰ ਵੀ ਲੱਗਦਾ ਕਿ ਲੋਕਤੰਤਰ ਦੀ ਖੂਬਸੂਰਤੀ ਨੂੰ ਮਿਧਣ ਦੇ ਲਈ ਸਭ ਕੁਛ ਕੀਤਾ ਜਾ ਰਿਹਾ? ਬਿਲਕੁਲ, ਇਹ ਸਾਡੇ ਸਾਰਿਆਂ ਦੇ ਸੁਪਨੇ ਹੈ ਵੀ ਲੋਕਤੰਤਰ ਦੀ ਜਿਹੜੀ ਖੂਬਸੂਰਤੀ ਸੀ ਜਿਹਨੂੰ ਅਸੀਂ ਖੂਬਸੂਰਤੀ ਮੰਨਦੇ ਹਾਂ ਅੱਜ ਤੱਕ ਉਹ ਖੂਬਸੂਰਤੀ ਬਰਕਰਾਰ ਜਿਹੜੀ ਸੀਗੀ ਉਹ JNU ਦੇ ਕੈਂਪਸ ਦੇ ਅੰਦਰ ਸੀ। ਅਸੀਂ ਉੱਥੇ ਜਾਂਦੇ ਸੀ, ਉਹ ਵੇਖਦੇ ਸੀ ਸਾਰੀਆਂ ਚੀਜ਼ਾਂ ਕਿ ਕਿਵੇਂ ਰਾਤ ਰਾਤ ਦੇ ਵਿੱਚ ਬੈਠ ਕੇ ਸਟੂਡੈਂਟ ਢਾਬਿਆਂ ਦੇ ਉੱਤੇ ਡਿਸਕਸ਼ਨ ਕਰ ਰਹੇ ਨੇ, ਜਿਸ ਸਟੇਟ ਦੇ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਹੈਗਾ ਉਸ ਸਟੇਟ ਦੇ ਉੱਤੇ ਡਿਸਕਸ਼ਨਾਂ ਦੋ ਤਿੰਨ ਤਿੰਨ ਚਾਰ ਘੰਟੇ ਚਾਹਾਂ ਦੇ ਉੱਤੇ ਹੋ ਰਹੀਆਂ ਨੇ। ਅਸੀਂ ਦੇਖ ਰਹੇ KP ਸਿੰਘ ਜੀ, ਇਹ ਜਿਹੜਾ ਯੂਨੀਵਰਸਿਟੀ JNU ਦੇ ਉੱਤੇ ਹਮਲਾ, ਇਹ ਲੋਕਤੰਤਰ ਦੀ ਜਿਹੜੀ ਖੂਬਸੂਰਤੀ ਸਾਨੂੰ ਦਿਖ ਰਹੀ ਸੀ ਅੱਜ ਤੱਕ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ, JNU ਨੂੰ ਸ਼ਟਡਾਊਨ ਕਰਨ ਦਾ ਇਹ ਨਾਰਾ ਦਿੰਦੇ ਨੇ। ਅਸੀਂ ਵੇਖ ਰਹੇ ਵੀ ਇਹ ਪਹਿਲੀ ਸਰਕਾਰ ਅਜਿਹੀ ਆਈ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ JNU ਵਰਗੀਆਂ ਛੱਡੋ ਸਾਰੀਆਂ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੀ ਕਹਿ ਰਹੀ ਹੈ, ਕਾਲ ਦੇ ਰਹੀ ਹੈ। ਉਹ ਚਾਹੁੰਦੀ ਨਹੀਂ ਕਿ ਕੋਈ ਰਿਸਰਚ ਹੋਵੇ, ਉਹ ਚਾਹੁੰਦੀ ਨਹੀਂ ਕਿ ਕੋਈ ਵੀ ਵਿਦਿਆਰਥੀ ਸਵਾਲ ਕਰੇ, ਇਹ ਸਰਕਾਰ ਚਾਹੁੰਦੀ ਨਹੀਂ ਕਿ ਵਿਦਿਆਰਥੀ ਬੋਲਣ ਅਤੇ ਉਹ ਕਹਿਣ ਕਿ ਸਾਨੂੰ ਸਾਡੇ ਇਹ ਹੱਕ ਨੇ, ਸਾਨੂੰ ਹੱਕ ਚਾਹੀਦੇ ਆ। JNU ਦੇ ਵਿੱਚ ਜਿਹੜਾ ਤੁਸੀਂ ਹੁਣੀ ਗੱਲ ਆਈ ਇਹ ਕਹਿ ਰਹੇ ਸੀਗੇ ਜਿਹੜੀ ਡਾਇਵਰਟ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਉਸੇ ਤਰੀਕੇ ਦੇ ਸਵਾਲ ਹੋਰ ਇਹਨਾਂ ਦੇ ਜਿਹੜਾ ਗੋਦੀ ਮੀਡੀਆ ਉਹ ਚਲਾ ਰਿਹਾ ਗਾ। ਅਸੀਂ ਸਮਝਦੇ ਹਾਂ JNU ਜਿਹੜਾ ਹੈਗਾ ਉਹ ਪੂਰੇ ਦੇਸ਼ ਨੂੰ ਇੱਕ ਸ਼ੀਸ਼ਾ ਦਿਖਾਉਂਦਾ ਹੈ। JNU ਦੇ ਵਿੱਚ ਜਿਹੜੀ ਅਸਲ ਲੋਕਤੰਤਰ ਦੀ ਲੜਾਈ ਉਹ ਲੜੀ ਜਾਂਦੀ ਹੈ। ਅੱਜ ਵਿਦਿਆਰਥੀ ਉੱਥੇ ਲੜ ਰਹੇ ਨੇ ਵੀ JNU ਦੇ ਵਿੱਚ ਪੜ੍ਹਦੇ ਜਿਹੜੇ 40% ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਅਤਿ ਗਰੀਬੀ ਦੇ ਖੇਤਰ ਦੇ ਵਿੱਚੋਂ ਆਉਣ ਵਾਲੇ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਮਾਂ ਬਾਪ ਕੋਈ ਸੱਤੂ ਵੇਚਦਾ, ਕੋਈ ਸਾਈਕਲਾਂ ਦੇ ਉੱਤੇ ਕੁਛ ਵੇਚਦਾ, ਕੋਈ ਦਿਹਾੜੀ ਕਰਦਾ, ਜਿਨ੍ਹਾਂ ਦੀ 12,000 10,000 6,000 ਤੋਂ ਘੱਟ ਇਨਕਮ ਹੈ, 40% ਵਿਦਿਆਰਥੀ ਅਜਿਹੇ ਹੈਗੇ ਨੇ। ਉਹਨਾਂ 40% ਵਿਦਿਆਰਥੀਆਂ ਦੀ ਕਰੋ ਜਾਂ ਮਰੋ ਵਰਗੀ ਨੀਤੀ ਹੈਗੀ ਹੈ ਅਤੇ ਅੱਜ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ, ਸਾਡੇ ਸਾਹਮਣੇ ਬੈਠੇ ਨੇ ਉਹਨਾਂ ਦੇ ਨੁਮਾਇੰਦੇ, ਵੀ ਇਹ ਸਾਨੂੰ ਦੱਸਣ ਵੀ JNU ਦੇ ਵਿਦਿਆਰਥੀ ਜੇ ਤੁਹਾਨੂੰ ਕਹਿੰਦੇ ਨੇ ਵੀ ਇਸ ਯੂਨੀਵਰਸਿਟੀ ਦੀ ਫੀਸ ਨਹੀਂ ਵਧਣੀ ਚਾਹੀਦੀ ਤਾਂ ਤੁਸੀਂ ਕਿਉਂ ਘੱਟ ਨਹੀਂ ਕਰਦੇ? ਜੇ JNU ਦੇ ਵਿਦਿਆਰਥੀ ਕਹਿੰਦੇ ਨੇ ਵੀ ਜਿਹੜੀ ਲਾਇਬ੍ਰੇਰੀ ਆ ਸਾਡੀ 24 ਘੰਟੇ ਖੁੱਲ੍ਹਣੀ ਚਾਹੀਦੀ ਹੈ ਤਾਂ ਤੁਸੀਂ ਲਾਇਬ੍ਰੇਰੀਆਂ 24 ਘੰਟੇ ਖੁੱਲ੍ਹਣਾ ਕਿਉਂ ਨਹੀਂ ਚਾਹੁੰਦੇ? ਇਹ ਸਵਾਲ ਜਿਹੜੀਆਂ ਉੱਥੋਂ ਦੀਆਂ ਕੁੜੀਆਂ ਦੇ ਨਾਲ ਬਦਤਮੀਜੀ ਹੋਈ, ਰਾਤ ਨੂੰ ਸਟਰੀਟ ਲਾਈਟ ਉੱਥੇ ਬੰਦ ਕਰਕੇ ਜਿਹੜਾ ਉਹਨਾਂ ਵਿਦਿਆਰਥੀਆਂ ਨੂੰ ਕੁੱਟਿਆ ਗਿਆ, ਇਹ ਸਾਡੇ ਸਾਰਿਆਂ ਦੇ ਸਾਹਮਣੇ ਆ ਕਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟਾਂ ਦੇ ਉੱਤੇ ਜ਼ਾਲਿਮਾਨਾ ਹਮਲਾ ਜਿਹੜੀ BJP ਸਰਕਾਰ ਨੇ ਕਰਵਾਇਆ ਗਾ ਅਤੇ ਅੱਜ ਤੱਕ ਉਸ ਦੇ ਉੱਤੇ ਇਹ ਗੱਲ ਕਰਨ ਨੂੰ ਇਹਨਾਂ ਨੂੰ ਮਾਫੀ ਤਾਂ ਮੰਗਣੀ ਚਾਹੀਦੀ ਹੈ ਵੀ ਜਿਹੜੇ ਦੇਸ਼ ਦੇ ਵਿਦਿਆਰਥੀਆਂ ਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਇਸ ਦੇਸ਼ ਨੂੰ ਸਰਵੋਤਮ ਬਣਾ ਦੇਵਾਂਗੇ, ਜਿਨ੍ਹਾਂ ਨੇ ਬਣਾਉਣਾ ਸਰਵੋਤਮ, ਜਿਨ੍ਹਾਂ ਨੇ ਅੱਗੇ ਨੂੰ ਲੈ ਕੇ ਜਾਣਾ, ਜਿਨ੍ਹਾਂ ਦੇ ਮੋਢਿਆਂ 'ਤੇ ਇਸ ਪੂਰੇ ਦੇਸ਼ ਦਾ ਭਾਰ ਹੈ, ਉਹਨਾਂ ਦੇ ਮੋਢਿਆਂ 'ਤੇ ਤਾਂ ਤੁਸੀਂ ਡਾਂਗਾ ਚਲਾਉਂਦੇ ਪਏ। ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਦੁਨੀਆ ਦੇ ਵਿੱਚ ਸਭ ਤੋਂ ਨੌਜਵਾਨਾਂ ਵਾਲਾ ਮੁਲਕ ਹੈਗਾ ਭਾਰਤ ਅਤੇ ਉਸ ਨੌਜਵਾਨਾਂ ਦੇ ਸੰਘਰਸ਼ ਦੇ ਵਿੱਚ ਅਸੀਂ ਕਿਹੜੇ ਪਾਸੇ ਖੜ੍ਹੇ ਹਾਂ ਅਤੇ ਅਸੀਂ ਕਿਹੜੇ ਪਾਸੇ ਖੜ੍ਹੇ ਦੇਖਣਾ ਚਾਹੁੰਦੇ ਹੈਗੇ ਹਾਂ, ਸਾਨੂੰ ਆਪਦੇ ਆਪ ਨੂੰ ਵੀ ਸਵਾਲ ਕਰਨੇ ਪੈਣਗੇ ਕਿਉਂਕਿ ਸਾਨੂੰ ਜਦੋਂ ਅਸੀਂ ਟ੍ਰੋਲ ਹੋ ਰਹੇ ਹਾਂ ਸ਼ਬਦ ਸਿੱਖਿਆ ਦੇ ਮਾਮਲੇ ਵਿੱਚ JNU ਦੇ ਮਾਮਲੇ ਵਿੱਚ, ਉਦੋਂ ਅਸੀਂ ਆਪਦਾ ਸਭ ਕੁਝ ਭੁੱਲ ਕੇ ਉਸ ਟ੍ਰੋਲ ਦੇ ਪਿੱਛੇ ਲੱਗਦੇ ਪਏ ਹੈਗੇ ਹਾਂ। ਸਾਨੂੰ ਵੀ ਸਮਝਣਾ ਪਵੇਗਾ ਇਹ ਫੀਸ ਵਾਧੇ ਦਾ ਵਿਰੋਧ ਨਹੀਂ ਹੈਗਾ ਗਾ, ਇਹ ਵਿਰੋਧ ਉਹ ਹੈਗਾ ਕਿ ਜਦੋਂ
ਤੁਹਾਡੀ ਖੂਬਸੂਰਤੀ ਲੋਕਤੰਤਰ ਦੀ ਖੂਬਸੂਰਤੀ ਦੇ ਖਿਲਾਫ਼ ਹੈ ਜਿਹੜਾ ਇੱਕ ਅੰਦੋਲਨ ਛੇੜ ਦਿੱਤਾ ਜਾਵੇ ਉਸ ਨੂੰ ਮਿਧਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਜਦੋਂ ਇਹੋ ਜਿਹੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਜਦੋਂ ਉਹਨਾਂ ਸਵਾਲਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਜਦੋਂ ਵਿਦਿਆਰਥੀਆਂ ਦੇ ਉੱਤੇ ਡੰਡੇ ਵਰਾਏ ਜਾਣ ਅਤੇ ਜਦੋਂ ਇੱਕ ਯੂਨੀਵਰਸਿਟੀ ਤੋਂ ਡਰ ਕੇ ਸੁਰੱਖਿਆ ਦਸਤਿਆਂ ਦੀ ਤੈਨਾਤੀ ਹੋ ਜਾਵੇ ਫਿਰ ਸਵਾਲ ਤੁਹਾਨੂੰ ਸਾਨੂੰ ਪੁੱਛਣੇ ਪੈਣਗੇ ਜੇ ਸਵਾਲ ਨਹੀਂ ਪੁੱਛੋਗੇ ਤਾਂ ਫਿਰ ਜਿਵੇਂ ਵਿਦਿਆਰਥੀ ਸੰਘ ਦਾ ਜਿਹੜਾ ਆਗੂ ਹੈ ਵਿਜੇ ਕੁਮਾਰ ਆਇਸਾ ਦਾ ਉਹ ਕਹਿ ਰਿਹਾ ਹੈ ਕਿ ਗੋਦੀ ਮੀਡੀਆ ਸ਼ਰਮ ਮੈਨੂੰ ਵੀ ਆ ਰਹੀ ਹੈ ਗੋਦੀ ਮੀਡੀਆ ਕਿਹਨੂੰ ਕਹਿ ਰਿਹਾ ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਪੁੱਛੂੰਗਾ ਜ਼ਰੂਰ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਜੇ ਐਨ ਯੂ ਦੇ ਵਿਦਿਆਰਥੀ ਅੰਦੋਲਨ ਵਿੱਚ ਕਿਹੜਾ ਸੱਚ ਛੁਪਾਇਆ ਜਾ ਰਿਹਾ ਅਮਨਦੀਪ ਤੁਹਾਨੂੰ ਕੋਈ ਇਹੋ ਜਿਹਾ ਤੱਥ ਲੱਗਦਾ ਜਾਂ ਕੋਈ ਇਹੋ ਜਿਹਾ ਸੱਚ ਲੱਗਦਾ ਕਿ ਜਿਹੜਾ ਸਾਹਮਣੇ ਨਹੀਂ ਆ ਪਾ ਰਿਹਾ ਦੇਖੋ ਅਸਲ ਦੇ ਵਿੱਚ ਇਹ ਸਾਰੀ ਦੀ ਸਾਰੀ ਜੋ ਵਿਰੋਧ ਹੋ ਰਿਹਾ ਇਸ ਟਾਈਮ ਸਿੱਖਿਆ ਨੂੰ ਸਿੱਖਿਆ ਦਾ ਅਧਿਕਾਰ ਖੋਣ ਦਾ ਵਿਦਿਆਰਥੀਆਂ ਦਾ ਆਜ਼ਾਦਾਨਾ ਤੌਰ 'ਤੇ ਸੋਚ ਸਕਣ ਦਾ ਗੱਲਬਾਤ ਆਪਣੀ ਕਹਿ ਸਕਣ ਦਾ ਜਿਹੜਾ ਹੱਕ ਉਹ ਖੋਣ ਦੇ ਜੇ ਉਹਦਾ ਸਾਰਾ ਵਿਰੋਧ ਹੋ ਰਿਹਾ ਉਹਨੂੰ ਕੁਚਲਣ ਦੇ ਲਈ ਬਦਨਾਮ ਕੀਤਾ ਜਾ ਰਿਹਾ ਵੀ ਜੇ ਐਨ ਯੂ ਦੇ ਵਿੱਚ ਅਯਾਸ਼ੀ ਹੋ ਰਹੀ ਹੈ ਹੁਣ ਅਯਾਸ਼ੀ ਅਤੇ ਮੁਫਤਖੋਰੀ ਕਿਹਾ ਜਾ ਰਿਹਾ ਸਸਤੀ ਸਿੱਖਿਆ ਦੀ ਮੰਗ ਕਰਨ ਵਾਲੇ ਕਿੰਨੀਆਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਇਸ ਅੰਦੋਲਨ ਦੇ ਹੱਕ ਵਿੱਚ ਖੜੀਆਂ ਹੋਈਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਸਿਰਫ ABVP ਨੂੰ ਛੱਡ ਕੇ ABVP ਨੇ ਆਪਦਾ ਜਿਹੜਾ ਸਪੋਰਟ ਉਹ ਵਾਪਸ ਲੈ ਲਿਆ ਬਾਕੀ ਜੇ ਐਨ ਯੂ ਦੇ ਵਿੱਚ ਮੌਜੂਦ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਉਹ ਇਸ ਜਿਹੜੇ ਸਟ੍ਰਾਈਕ ਚੱਲ ਰਹੀ ਹੈ ਉਹਦੇ ਸਮਰਥਨ ਦੇ ਵਿੱਚ ਹੈ ਜੋ ਵੀ ਧੱਕਾ ਸਰਕਾਰ ਵੱਲੋਂ ਹੋ ਰਿਹਾ ਅਤੇ ਇਹਨੂੰ ਜੋ ਲੋਕ ਮੁਫਤਖੋਰ ਹੀ ਕਹਿ ਰਹੇ ਨੇ ਜਿਹੜੇ ਵਿਦਿਆਰਥੀਆਂ ਨੂੰ ਜਿਹੜਾ ਸਾਰਾ ਮੀਡੀਆ ਹੈ ਉਹ ਗਲਤ ਅੰਕੜੇ ਪੇਸ਼ ਕਰਕੇ ਇਹ ਦਿਖਾ ਰਿਹਾ ਵੀ ਇਹ ਇੱਥੇ ਮੁਫਤਖੋਰ ਪੜ੍ਹ ਰਹੇ ਨੇ ਉਹ ਇਹ ਨਹੀਂ ਦੱਸਦਾ ਵੀ ਸਸਤੀ ਸਿੱਖਿਆ ਦੀ ਮੰਗ ਕਰਨਾ ਮੁਫਤਖੋਰੀ ਨੂੰ ਕਹਿ ਰਿਹਾ ਅਮਨਦੀਪ ਆਪਾਂ ਸਾਰਿਆਂ ਨੂੰ ਇੱਕੋ ਰਸਤੇ ਨਾ ਬੰਨੀਏ ਤੁਸੀਂ ਗੋਦੀ ਮੀਡੀਆ ਕਿਹਾ ਵਿਜੇ ਕੁਮਾਰ ਨੇ ਤੁਸੀਂ ਸਾਰਾ ਮੀਡੀਆ ਕਿਹਾ ਨਹੀਂ ਮੈਂ ਅਸੈਪਟ ਕਰਦਾ ਤੁਹਾਡਾ ਗੁੱਸਾ ਹੈਗਾ ਤੁਹਾਡਾ ਗੁੱਸਾ ਜਾਇਜ਼ ਹੈਗਾ ਪਰ ਸਾਰਾ ਮੀਡੀਆ ਉਸ ਰਸਤੇ ਨਾਲ ਨਹੀਂ ਜੋ ਲੋਕ ਜੋ ਇਹ ਪੇਸ਼ ਕਰ ਰਹੇ ਨੇ ਉਹ ਇਹ ਮੈਂ ਤਾਂ ਇਸੇ ਕਰਕੇ ਤੁਹਾਨੂੰ ਸੱਦਿਆ ਇੱਥੇ ਤੁਸੀਂ ਆਪਦੀ ਗੱਲ ਆਪ ਦੱਸੋ ਸਸਤੀ ਸਿੱਖਿਆ ਜਾਂ ਮੁਫਤ ਸਿੱਖਿਆ ਦੀ ਮੰਗ ਕਰਨਾ ਮੁਫਤਖੋਰੀ ਨਹੀਂ ਹੈ ਉਹ ਲੋਕ ਮੁਫਤਖੋਰ ਨੇ ਜੋ ਜਨਤਾ ਦੇ ਪੈਸੇ ਦੇ ਉੱਤੇ MP MLA ਬਣ ਕੇ ਮੋਟੀਆਂ ਤਨਖਾਹਾਂ ਛੱਕ ਰਹੇ ਹੈ ਮੁਫਤ ਦਾ ਸਫ਼ਰ ਮੁਫਤ ਦਾ ਮੋਬਾਈਲ ਫੋਨ ਮੁਫਤ ਦੀ ਬਿਜਲੀ ਮੁਫਤ ਦੇ ਰੈਜ਼ੀਡੈਂਸ ਇਹ ਸਭ ਲੈ ਕੇ ਉਹ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੇ ਲੋਕਾਂ ਤੋਂ ਸੁਵਿਧਾਵਾਂ ਖੋ ਰਿਹਾ ਠੀਕ ਹੈ ਉਹਨੂੰ ਮੁਫਤਖੋਰੀ ਉਸ ਮੁਫਤਖੋਰੀ ਨੂੰ ਲੁਕੋ ਕੇ ਜਿਹੜਾ ਲੋਕਾਂ ਦੇ ਉੱਤੇ ਹਮਲਾ ਹੋ ਰਿਹਾ ਜਿਹੜੇ ਲੋਕ ਅੱਜ ਚੰਗੀ ਸਿੱਖਿਆ ਦੀ ਜਿਹੜੇ ਯੂਨੀਵਰਸਿਟੀਆਂ ਨੂੰ ਬਾਹਰ ਨੂੰ ਜਾਂਦੇ ਨੇ ਹੁਣ ਇਹ MP MLA ਜੋ ਭਾਜਪਾ ਦੇ ਜਦੋਂ ਬਾਹਰ ਆਪਦੇ ਜਵਾਕਾਂ ਨੂੰ ਪੜ੍ਹਨ ਭੇਜਦੇ ਆ ਤਾਂ ਹੁੱਬ ਕੇ ਫੋਟੋਆਂ ਪਾਉਂਦੇ ਆ ਕਿ ਇਹ MIT ਜਾ ਰਹੇ ਹੋਰ ਜਾ ਰਹੇ ਜਿੱਥੇ 24 ਘੰਟੇ ਲਾਇਬ੍ਰੇਰੀਆਂ ਖੁੱਲੀਆਂ ਜਿੱਥੇ ਮਤਲਬ ਲੜਕੇ ਲੜਕੀਆਂ ਦੇ ਮਿਲਣ 'ਤੇ ਕੀ ਪਹਿਨਣਾ ਕੋਐਡ ਹੋਸਟਲ ਨੇ ਇਹੋ ਜਿਹੀਆਂ ਕੋਈ ਪਾਬੰਦੀਆਂ ਨਹੀਂ ਹੈਗੀਆਂ ਉਦੋਂ ਹੁੱਬ ਕੇ ਫੋਟੋਆਂ ਪਾਉਂਦੇ ਜਦੋਂ ਉਹੀ ਸਿੱਖਿਆ ਦਾ ਪੱਧਰ ਇੱਥੇ ਸਸਤੀ ਸਿੱਖਿਆ ਦੇ ਰੂਪ ਦੇ ਵਿੱਚ ਮੰਗਿਆ ਜਾਂਦਾ ਤਾਂ ਉਹਨੂੰ ਬਦਨਾਮ ਕੀਤਾ ਜਾ ਰਿਹਾ ਠੀਕ ਭੁੱਲਰ ਸਾਹਿਬ ਸਵਾਲ ਇਹ ਉੱਠ ਖੜਾ ਹੋਇਆ ਕਿ ਤੁਸੀਂ ਮੁਨਾਫਾਖੋਰੀ ਅਤੇ ਮੁਫਤਖੋਰੀ ਵਾਲਾ ਸਵਾਲ ਖੜਾ ਕਰਤਾ ਇੱਕ ਤੁਸੀਂ ਕੁੜੀਆਂ ਜਿਹੜੀਆਂ ਕ੍ਰਾਂਤੀਕਾਰੀ ਬਣਨਾ ਚਾਹੁੰਦੀਆਂ ਹੈਗੀਆਂ ਤੁਸੀਂ ਉਹਨਾਂ 'ਤੇ ਸਵਾਲ ਖੜਾ ਕਰਤਾ ਭੁੱਲਰ ਸਾਹਿਬ ਇਹ ਇੱਕ ਜਿਹੜਾ ਰਾਸ਼ਟਰਵਾਦ ਵਾਲਾ ਫੋਕਾ ਜੁਮਲਾ ਹੈਗਾ ਉਸ ਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ ਤੁਹਾਡੇ 'ਤੇ ਇਲਜ਼ਾਮ ਹੈ ਨਹੀਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੜਾ ਕਲੀਅਰਲੀ ਕਹਿੰਦਾ ਕਿ ਸਾਡਾ ਬਿਲਕੁਲ ਵੀ ਇਹੋ ਜਿਹਾ ਨਹੀਂ ਹੈਗਾ ਵੀ ਅਸੀਂ ਕੋਈ ਕ੍ਰਾਂਤੀਕਾਰੀ ਜਿਹੜੀਆਂ ਕੁੜੀਆਂ ਬਣਨਾ ਚਾਹੁੰਦੀਆਂ ਨੇ ਜਾਂ ਅੱਗੇ ਆਉਣੀਆਂ ਚਾਹੁੰਦੀਆਂ ਨੇ ਉੱਥੇ ਕੋਈ ਰੋਕ ਲਾ ਰਹੇ ਹਾਂ ਇਹ ਬਿਲਕੁਲ ਹੀ ਗੱਲ ਤੁਹਾਡਾ ਹੈਗਾ ਔਰ ਦੂਸਰਾ ਜਿਹੜੇ ਮੇਰੇ ਦੋਨੋਂ ਪੈਨਲਿਸਟ ਨੇ ਇੱਥੇ ਤੁਹਾਡੇ ਇਸ ਟਾਈਮ ਸਟੂਡੈਂਟ ਲੀਡਰਸ਼ਿਪ ਤੋਂ ਆਏ ਹੋਏ ਆ ਦੋਨਾਂ ਦਾ ਤੁਸੀਂ ਤਾਂ ਸਾਰੀ ਕੁੜੀਆਂ ਤੇ ਭੁੱਲਰ ਸਾਹਿਬ ਸਵਾਲ ਚੁੱਕਦੇ ਸੀਗੇ ਪਹਿਲੇ ਸੈਗਮੈਂਟ ਦੇ ਵਿੱਚ ਭੁੱਲਰ ਸਾਹਿਬ ਸੁਣ ਲਓ ਮੈਂ ਬਹੁਤ ਸੰਜੀਦਾ ਡਿਬੇਟ ਚੁਣਾ ਤੁਸੀਂ ਸਾਰੀ ਕੁੜੀਆਂ ਤੇ ਸਵਾਲ ਚੁੱਕਦੇ ਕਿ ਉੱਥੇ ਇੱਕ ਦੂਜੇ ਦੇ ਹੋਸਟਲ ਵਿੱਚ ਉਹ ਜਾਂਦੀਆਂ ਹੈਗੀਆਂ ਤੁਸੀਂ ਤਾਂ ਉੱਥੇ ਮਸ਼ੀਨਾਂ ਤੱਕ ਦੀ ਗੱਲ ਕਰਤੀ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਤੁਸੀਂ ਸਾਰੀਆਂ ਕੁੜੀਆਂ ਨੂੰ ਇੱਕ ਰੋਸੇ ਬੰਨਤਾ ਏਦਾਂ ਥੋੜੀ ਆਵੇ ਤਾਂ ਕੁੜੀਆਂ ਦਾ ਇਹ ਤਾਂ ਕੁੜੀਆਂ ਦਾ ਅਪਮਾਨ ਮੈਨੂੰ ਇਹ ਲੱਗਦਾ ਕਿ ਕੁੜੀਆਂ ਦਾ ਅਪਮਾਨ ਕਰ ਰਹੇ ਆ ਅਸੀਂ ਤੁਸੀਂ ਅਗਰ ਅੱਜ ਵੀ ਉੱਥੇ ਡਾਟਾ ਕਢਾ ਲਓਗੇ ਤੁਹਾਨੂੰ ਮਿਲ ਜਾਊਗਾ ਸੋਨੇ ਡਾਟਾ ਕਿ ਮਾੜੀ ਗੱਲ ਹੈ ਕਿਸ ਚੀਜ਼ ਦਾ ਡਾਟਾ ਕਢਾਣਾ ਚਾਹੁੰਦੇ ਹੋ ਨਹੀਂ ਜਾਂ ਤੇਰੀ ਗੱਲ ਕਰਨੀ ਸੀ ਮੈਂ ਤੁਹਾਡੇ ਚ ਨਾ ਪ੍ਰੋਫੈਸਰ ਤੁਹਾਡੇ ਚ ਬੋਲਿਆ ਨਾ ਮੈਂ ਚ ਬੋਲਿਆ ਚਲੋ ਜਨਾਬ ਪ੍ਰੈਸ ਮੰਜੀ ਸਿੰਘ ਮੈਨੂੰ ਸਵਾਲ ਹਾਂ ਜਵਾਬ ਦੇ ਦਿਓ ਹਾਂ ਬੋਲੋ ਬੋਲੋ ਸਾਹਿਬ ਇਸ ਤਰ੍ਹਾਂ ਦੇਖੋ ਇਹ ਸਾਰੇ ਉੱਥੋਂ ਦੇ ਡਾਟੇ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਗਲਤ ਕਿਹਾ ਜਾ ਰਿਹਾ ਜਾਂ ਗਲਤ ਡਾਟੇ ਕੋਈ ਤੁਹਾਨੂੰ ਪੇਸ਼ ਕੀਤੇ ਜਾ ਰਹੇ ਆ ਦੂਸਰੀ ਗੱਲ ਜਿਹੜੀ ਬਾਰ ਬਾਰ ਆ ਰਹੀ ਮੁਫਤਖੋਰੀ ਵਾਲੀ ਜਾਂ ਹੋਰ ਹੈ ਦੇਖੋ ਅੱਜ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਵੀ ਇਹ ਕਹੀ ਹੈ ਕਿ ਅਗਰ 5000 ਰੁਪਈਆ ਦੇ ਕੇ ਬੱਚਾ ਜਾਂ 8000-10000 ਰੁਪਈਆ ਦੇ ਕੇ PG ਰਹਿ ਸਕਦਾ ਹੈ ਅਤੇ ਹੋਸਟਲ ਦੀ ਅਗਰ ਫੀਸ ਵਧਾਈ ਜਾ ਰਹੀ ਤਾਂ ਉਹ ਕਿਉਂ ਨਹੀਂ ਵਧਾਈ ਜਾ ਸਕਦੀ ਦੂਸਰਾ ਇਸ ਤੱਕ ਬਾਰ ਬਾਰ SC ST ਨੂੰ ਇਹ ਬੜਾ ਇਹਨਾਂ ਨੂੰ ਮੈਂ ਜਿਹੜੇ ਕਾਮਰੇਡ ਨੇ ਬੜਾ ਸ਼ੌਕ ਹੈ ਜਿਹੜੇ ਇਹਨਾਂ ਦਾ ਸਟੂਡੈਂਟ ਲੀਡਰਸ਼ਿਪ ਹੈਗੀ ਉਹਨਾਂ ਨੂੰ SC ST ਨੂੰ ਬੜਾ ਚੱਕਦੇ ਨੇ ਉਹ ST ਦੀ ਪਹਿਲਾਂ ਹੀ ਫੀਸਾਂ ਮਾਫ ਬੇਸਿਕਲੀ ਤੁਸੀਂ ਕਾਮਰੇਡ ਖਤਮ ਕਰਨੇ ਆ ਨਹੀਂ ਨਹੀਂ ਕਾਮਰੇਡ ਦੇ ਦੇਖੋ ਆਪ ਹੀ ਖਤਮ ਹੋਏ ਫਿਰਦੇ ਆ ਉਹ ਛੱਡੋ ਤੁਸੀਂ ਅਸੀਂ ਖਤਮ ਕਰਨੇ ਆ ਇਹਦੇ ਆਪਣੇ ਭਾਰ ਨੇ ਸਾਰੇ ਖਤਮ ਹੋ ਜਾਂਦੇ ਆ ਲੇਕਿਨ ਐਵੇਂ ਆਪਾਂ ਅਸੀਂ ਨੂੰ SC ਦੀ ST SC ST ਦੇ ਇਸ ਤਰ੍ਹਾਂ ਇਹੀ ਇੱਕ ਉਹਨਾਂ ਦੇ ਰਾਖੇ ਨੇ ਹੋਰ ਤਾਂ ਕੋਈ ਹੈ ਹੀ ਨਹੀਂ ST ਦੇ ਆਲਰੇਡੀ ਜਿਹੜੇ ਹੈਗੇ ਨੇ ਉਹ ਸਕਾਲਰਸ਼ਿਪ ਦੇ ਨਾਲ ਅਤੇ ਜਿਹੜੇ ਹੈਗੇ ਰਿਬੇਟ ਦੇ ਉੱਤੇ ਪੜ੍ਹ ਰਹੇ ਨੇ ਉਹਨਾਂ ਦਾ ਕੋਈ ਬਸ
ਮਤਲਬ ਮੈਂ ਉਹ ਲਫ਼ਜ਼ ਨਹੀਂ ਹੁਣ ਯੂਜ਼ ਕਰਨਾ ਚਾਹੀਦਾ, ਫਿਰ ਤੁਸੀਂ ਕਹੋਗੇ ਉੱਥੇ ਜੇ ਉੱਥੇ ਤੁਸੀਂ ਖਾਣ ਪਾਣ ਵਧੀਆ ਉੱਥੇ ਹੋਰ ਚੀਜ਼ਾਂ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਅਗਰ 300 ਰੁਪਇਆ ਫੀਸ ਇੱਕ ਹੋਸਟਲ ਦੀ ਜਿਹੜਾ ਕਮਰੇ ਦਿੱਤੀ ਜਾ ਰਹੀ ਹੈ ਜੇ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਮਿਲ ਰਹੀਆਂ ਨੇ ਤਾਂ ਕਿਉਂ ਨਹੀਂ ਦਿੱਤੀ ਜਾ ਸਕਦੀ? ਅਗਰ 5000 ਰੁਪਏ ਦੇ ਤੁਸੀਂ ਬਾਹਰ ਰਹਿ ਕੇ ਕਮਰਾ ਲੈ ਕੇ ਰਹਿ ਸਕਦੇ ਹੋ ਅਤੇ ਉੱਥੇ 300 ਰੁਪਇਆ ਦਿਨ 'ਚ ਕੀ ਤਕਲੀਫ ਹੈ? ਇਕੱਲਾ ਔਰ ਇਕੱਲਾ ਇਸ ਚੀਜ਼ ਨੂੰ ਹਾਈਲਾਈਟ ਕਰੀ ਜਾਣਾ ਨਹੀਂ ਜੀ, ਗਰੀਬ ਮਾਰ ਤੇ ਗਰੀਬਾਂ ਨੂੰ ਤਾਂ ਆਲਰੇਡੀ ਉੱਥੇ ਫੈਸਿਲਿਟੀਜ਼ ਹੈਗੀਆਂ ਨੇ, ਗਰੀਬਾਂ ਨੂੰ ਤਾਂ ਆਲਰੇਡੀ ਉੱਥੇ ਸਕਾਲਰਸ਼ਿਪ ਮਿਲ ਰਹੀਆਂ ਨੇ ਔਰ ਜਿਹੜੇ ਲੋਕ ਅੱਜ ਧਰਨੇ ਤੇ ਇੱਕ ਮਿੰਟ ਜਿਹੜੇ ਲੋਕ ਅੱਜ ਧਰਨੇ ਤੇ ਜਾ ਕੇ ਬੈਠੇ ਨੇ ਤੁਸੀਂ ਜ਼ਿਕਰ ਕਰਦੇ ਹੋ ਉਹ ਗਰੀਬ ਖਰਾਤ ਨਹੀਂ ਲੈ ਰਹੇ ਤੁਹਾਡੇ ਤੋਂ, ਉਹ ਟੈਸਟ ਪਾਸ ਕਰਕੇ ਜੀਐਨਯੂ ਦੇ ਵਿੱਚ ਗਏ ਆ, ਅਹੀਂ ਤੇ ਕਹਿ ਨਹੀਂ ਰਹੇ ਖਰਾਤ ਲੈ ਰਹੇ ਨੇ, ਜਿਹੜੇ ਉੱਥੇ ਜਿਹੜੇ ਉੱਥੇ ਜਿਹੜੇ ਪੀਐਚਡੀ ਦੇ ਸਕਾਲਰਸ ਨੇ ਉਹਨਾਂ ਨੂੰ ਤਾਂ ਸਕਾਲਰਸ਼ਿਪ ਮਿਲਦੀ ਆਲਰੇਡੀ 18-18 ਹਜ਼ਾਰ ਰੁਪਏ ਮਹੀਨੇ ਦਾ ਮਿਲਦਾ, ਉਹ ਆਪਦੀ ਗੁਣਵੱਤਾ ਦੇ ਆਧਾਰ ਤੇ ਆਪਦੀ ਕਾਬਲੀਅਤ ਦੇ ਆਧਾਰ ਤੇ ਲੈ ਰਹੇ ਆ। ਇਹ ਕਹਿ ਰਹੀ ਉੱਥੇ ਕੋਈ ਕੱਟ ਨਹੀਂ ਲੱਗਿਆ ਉਹਨਾਂ ਨੂੰ ਫੀਸ ਦੇਣ ਚ ਕੀ ਪ੍ਰੋਬਲਮ ਹੈ? ਉਹਨਾਂ ਨੂੰ ਪੈਸੇ ਮਿਲ ਰਹੇ। ਇੱਕ ਮਿੰਟ ਕੋਟ ਵਿਜਕ ਭੁੱਲਰ ਸਾਹਿਬ, ਤੁਸੀਂ ਇਹ ਗੱਲ ਦੱਸੋ ਜਿਹੜੀ ਸਕਾਲਰਸ਼ਿਪ ਦੀ ਗੱਲ ਕਰ ਰਹੇ ਹੋ, ਤੁਹਾਡੀ ਹਰਿਆਣਾ ਦੀ ਸਰਕਾਰ ਪੂਰੀ ਸਕਾਲਰਸ਼ਿਪ ਖਾ ਗਈ ਐਸਸੀਐਸਟੀਆਂ ਦੀ, ਉਹਦੇ ਉੱਤੇ ਕੁਝ ਬੋਲੋਗੇ? ਤੁਹਾਡੇ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਨੌਲੇਜ ਲੈ ਕੇ ਆਉਣਾ, ਤੁਸੀਂ ਪੂਰਾ ਪੜ੍ਹ ਕੇ ਆਓ, ਸਟੱਡੀ ਕਰਕੇ ਆਓ, ਤੁਸੀਂ ਕਿਉਂ ਵਿਦਿਆਰਥੀਆਂ ਦੇ ਉੱਤੇ ਇਲਜ਼ਾਮ ਲਾ ਰਹੇ ਹੋ? ਤੁਸੀਂ ਸਟੱਡੀ ਕਰਕੇ ਆਓ, ਮੈਂ ਤੁਹਾਡੇ ਵਿਚਕਾਰ ਨਹੀਂ ਬੋਲਿਆ, ਤੁਸੀਂ ਸੁਣ ਲਓ। ਹੁਣ ਤੁਸੀਂ ਤੁਹਾਡੀ ਹਰਿਆਣਾ ਦੀ ਸਰਕਾਰ ਨੇ ਪਰਸੋਂ ਹੀ ਫੈਸਲਾ ਕੀਤਾ ਵੀ ਜਿਹੜੇ ਤੁਹਾਡੇ ਮੰਤਰੀ ਨੇ ਉਹਨਾਂ ਦੇ ਘਰ ਦੇ ਕਿਰਾਏ ਦੇ ਲਈ ਤੁਸੀਂ 1 ਲੱਖ ਰੁਪਇਆ ਦਿਓਗੇ। ਕਿਉਂ ਦਿਓਗੇ ਬਾਈ? ਉਹਨਾਂ ਦੀ ਗੱਡੀਆਂ ਫ੍ਰੀ, ਉਹਨਾਂ ਦੇ ਪੈਟਰੋਲ ਫ੍ਰੀ, ਟੂ ਬਾਹਰ ਜਾਂਦਾ ਜਿਹੜਾ ਮੋਦੀ ਬਾਰ ਬਾਰ ਜਾ ਰਿਹਾਗਾ, ਇੰਨਾ ਖਰਚਾ ਇਹਦੇ ਉੱਤੇ ਹੋ ਰਿਹਾਗਾ, ਤੁਸੀਂ ਕਦੇ ਉਹਨਾਂ ਦੇ ਟੂਰ ਦਾ ਖਰਚਾ ਐਸਟੀਮੇਟ ਕੀਤਾ? ਖਰਚਾ ਕੀਤਾ ਤੁਸੀਂ? ਅਰਥਚਾਰਾ ਕਿੱਥੇ ਤੁਹਾਡਾ? ਰੁਜ਼ਗਾਰ ਕਿੱਥੇ ਤੁਹਾਡਾ? 45 ਸਾਲਾਂ 'ਚ ਪਹਿਲੀ ਵਾਰ ਇੰਨੀ ਬੇਰੁਜ਼ਗਾਰੀ ਆਈ ਹੈ, ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਇਸ ਗੱਲ ਦੇ ਉੱਤੇ। ਅਤੇ ਵਿਦਿਆਰਥੀਆਂ ਨੂੰ ਕਹਿੰਦੇ ਨੇ ਮੁਫ਼ਤ ਖੋਰ ਨੇ, ਕਿਹੜੇ ਮੁਫ਼ਤ ਖੋਰ ਨੇ? ਇਸ ਦੇਸ਼ ਦਾ ਜਿਹੜਾ ਇੱਕ ਇੱਕ ਬੰਦਾ ਟੈਕਸ ਦਿੰਦਾ ਉਹ ਅੱਜ ਜੈਨਯੂ ਦੇ ਨਾਲ ਖੜਾ ਹੋਇਆਗਾ, ਅਤੇ ਜਿਹੜੇ ਮੁਫ਼ਤ ਖੋਰ ਜਿਹੜੇ ਤਲੂਏ ਚੱਟਣ ਵਾਲੇ ਲੋਕ ਨੇ ਨਾ, ਜਿਹੜੇ ਬੀਜੇਪੀ ਵਰਗੇ ਕਹਿੰਦੇ ਨੇ ਉੱਥੇ ਜਾ ਕੇ, ਮਿਨਿਸਟਰ ਜਿਹੜੇ ਬੋਲਦੇ ਨੇ ਉੱਥੇ ਕੁਰਸੀਆਂ 'ਤੇ ਬੈਠ ਕੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜੈਨਯੂ ਦਾ ਮਤਲਬ ਕੀ ਹੈ, ਉਹਨਾਂ ਨੂੰ ਨਹੀਂ ਪਤਾ ਲੋਕਤੰਤਰ ਦਾ ਮਤਲਬ ਕੀ ਹੈ। ਸਾਨੂੰ ਭਾਸ਼ਾ ਦਾ ਸੰਯਮ ਰੱਖਣਾ ਚਾਹੀਦਾ, ਪਰ ਇਹ ਮੰਚ ਜੇ ਤੁਹਾਨੂੰ ਆਜ਼ਾਦੀ ਦੇ ਰਿਹਾ, ਸਾਨੂੰ ਭਾਸ਼ਾ ਦਾ ਸੰਯਮ ਰੱਖਣਾ ਪਊਗਾ। ਮੈਨੂੰ ਲੱਗਦਾ ਵੀ ਇਹਨਾਂ ਨੂੰ ਸਟੱਡੀ ਕਰਨਾ ਚਾਹੀਦਾ ਹੈ ਵੀ ਦੇਸ਼ ਦੇ ਵਿੱਚ ਜਿਹੜੀ ਉਗਰਵਾਦੀ ਪੈਦਾ ਕਰ ਰਹੇ, ਦੇਸ਼ ਦੇ ਟੁਕੜੇ ਟੁਕੜੇ ਕਰਨ ਵਾਲੇ ਪੈਦਾ ਕਰ ਰਹੇ। ਸਵਾਲ ਇਹ ਹੈਗਾ ਕਿ ਤੁਸੀਂ ਹੁਣ ਵਾਰ ਵਾਰ ਇੱਕ ਗੱਲ ਫਿਰ ਕਹੀ ਹੈ ਕਿ ਇੱਥੋਂ ਅੱਤਵਾਦੀ ਪੈਦਾ ਹੋ ਰਹੇ ਆ। ਤੁਸੀਂ ਇੱਥੇ ਕਹਿ ਰਹੇ, ਪਹਿਲਾਂ ਤੁਸੀਂ ਕਹਿ ਰਹੇ ਨਕਸਲੀ ਪੈਦਾ ਹੋ ਰਿਹਾ, ਅੱਤਵਾਦੀ ਪੈਦਾ ਹੋ ਰਿਹਾ, ਪਹਿਲਾਂ ਤੁਸੀਂ ਕਿਹਾ ਅਯਾਸ਼ ਪੈਦਾ ਹੋ ਰਿਹਾ। ਇੱਕ ਮਿੰਟ ਹੋਰ ਸਵਾਲ ਸੁਣ ਲਓ ਪੂਰਾ। ਇਸ ਪੂਰੀ ਯੂਨੀਵਰਸਿਟੀ ਦੇ ਵਿੱਚੋਂ ਕਈ ਵੱਡੇ ਵੱਡੇ ਜਿਹੜੇ ਸਨਮਾਨਿਤ ਸ਼ਖਸੀਅਤਾਂ ਨਿਕਲੀਆਂ, ਯੂਨੀਵਰਸਿਟੀ ਨਾਲ ਲਿੰਕ ਨਾ ਕਰੋ ਤੁਸੀਂ ਕਰ ਰਹੇ ਹੋ ਨਾ। ਮੈਂ ਉਹਨਾਂ ਦੀ ਸੋਚ ਦਾ ਜਵਾਬ ਦਿੱਤਾ ਜਿਹੜਾ ਬਾਰ ਬਾਰ ਬੀਜੇਪੀ ਦੇ ਉੱਤੇ ਅਟੈਕ ਕਰ ਰਹੇ ਹੈ ਕਿ ਜਿਹੜਾ ਨਕਸਲਾਈਟਸ ਨੇ ਕੌਣ ਪੈਦਾ ਕਰ ਰਿਹਾ ਹੈ, ਮਾਓਵਾਦੀ ਕੌਣ ਪੈਦਾ ਕਰ ਰਿਹਾ ਹੈ, ਅੱਜ ਦੇ ਟੁਕੜੇ ਟੁਕੜੇ ਕਰਨ ਵਾਲੇ ਕੌਣ ਪੈਦਾ ਕਰ ਰਿਹਾ ਹੈ? ਸੀਪੀਆਈ, ਸੀਪੀਐਮ, ਇੱਕ ਮਿੰਟ, ਜਿਹੜੇ ਨਾਰੇ ਉੱਥੇ ਤੁਸੀਂ ਕਹਿ ਰਹੇ ਹੋ ਲੱਗੇ ਆ ਦੇਸ਼ ਦੇ ਟੁਕੜੇ ਟੁਕੜੇ ਹੋਣਗੇ, ਉਹਨਾਂ 'ਚੋਂ ਕੋਈ ਫੜਿਆ ਗਿਆ ਇੱਥੇ? ਕਰ ਗੱਲ ਇਸ ਤਰ੍ਹਾਂ, ਨਹੀਂ ਮੇਰਾ ਸਵਾਲ ਨਹੀਂ, ਪੁਲਿਸ ਸਾਹਿਬ ਮੇਰੇ ਸਵਾਲ ਦਾ ਜਵਾਬ ਦਿਓ, ਫੜਿਆ ਗਿਆ ਕੋਈ? ਜਿੱਥੇ ਫਿਰ ਮੈਂ ਇਹੀ ਦਰਾਉਣਾ ਆ, ਸਾਇੰਟਿਫਿਕ ਟੈਂਪਰ ਤੇ ਤਰਕਸ਼ੀਲਤਾ ਨੂੰ
और क्रिटिकल फैकल्टी नू जेड़ा के हर नौजवान का एक अधिकार भी है तो वो जरूरी भी है कि जे तुसी सारे ही अपने लीडर के तलवे चट्टन वाले ही पैदा कर दोगे जां अपने समाज के ढंडोरची पैदा कर दोगे मरासपुना करन वाले विच पैदा कर दोगे तो फिर कौन समाज नू क्रिटिकली देख के चंगे राह ते साइंटिफिक टेंपर ते लैके जाना जो अज साडे देश दे विच काल की कोई चंगा लीडर ही नहीं मिलता जेड़े इत्थे अज वी जेड़े क्रिटिक्स हैगे आ प्रसमनीत सिंह क्रिटिक्स जेड़े हैगे आ उहनां नू तुहानूं लगदा खत्म करन दी कोशिश है बिल्कुल क्रिटिकल फैकल्टी दे उत्ते हमला आ और कुछ नहीं है मैं तुहानूं निक्की जिही मैनूं हुण गल करन दिओ अज भी साढ़े देश दे विच जो साइंस कांग्रेस होंदी आ उत्थे ए डिस्कशन होंदियां आ कि साड़ी एर असी तो उड्डन खटोले सी साढ़े तो एरोनॉटिक टेक्नोलॉजी बहुत देर पहला सीगा ये पता नहीं विचों विचाले जे कित्थे खत्म हो गई वैस्ट के मुकाबले दे इत्थे ए बहसां होंदियां कि मोर ब्रह्मचारी आ जां नहीं ब्रह्मचारी इहो जिहियां गल्लां जिहड़ियां साढ़े दे देश दे विच ए बहसां जिधर नूं आपां देश नूं ले जाणा चाहुंदे उहदे अगेंस्ट एक यूनिवर्सिटी है जिहदी वैरी फाउंडेशन पहले दिन तों सी कि इत्थे तर्कशीलता साइंटिफिक टेंपर अगां वधू आइडिया क्रिटिकल फैकल्टी जिहड़े जिहड़े के सरकार दे कम्मां नूं भी क्रिटिकली देखण और उस नूं जिथे जिथे लोड़ है उहदे विरुद्ध प्रोटेस्ट भी करन अपने अंदर भी पूरी डेमोक्रेटिक इंस्टीट्यूशन हैगी आ जिहदे विच यूनिवर्सिटी नूं चलाउण लई जिन्ना एडमिनिस्ट्रेशन दा अधिकार आ उन्ना ही स्टूडेंट दा अधिकार आ उन्ना ही टीचर दा अधिकार आ उन्ना ही नॉन टीचिंग दा अधिकार आ और सारिआं नूं मिलिआ बगैर अज तक उह चली गई 50 साल चली गई हुण उहनूं अचानक की उत्थे पुठे पासे हो गया कि हुण उत्थे भुल्लर साहब ने किते जोश विच इह भी कहता माहौल खराब करदे आ भाई चंगा माहौल की हुंदा जे कोई हक्कां लई लड़न लई बच्चियां नूं उत्थे ट्रेनिंग सेंटर समझ लो तुसीं मैं तुहानूं निक्की एग्जाम्पल तुसीं हैरान हो जाओगे होस्टल दे विच्चों इह अज तों 25-30 साल पहलां दी गल आ इक चोर फड़िया गया चोरी करदा बच्चियां नूं उहनूं कुछ नहीं किहा जे होर कोई अज दा हुंदा कि जितें मॉब लिंचिंग करके कुट कुट के मार दिंदे कुछ नहीं किया उन्हें बिठा लिया बच्चों ने यह बहस शुरू करती रात का वेला सी 10 बजे इकट्ठे होके कि की ये जिहड़ी चोरी कीती है इस आदमी ने चोर साहब ने इन्हें अपनी मर्जी ना कीती इहनूं सज़ा मिलनी चाहिए है जां समाज ने इहनूं चोर बनाया तो उस मजबूरी चोरी हुई है यानी समाज जिम्मेवार है जां ये आप जिम्मेवार है ये बहस रात नूं 4 घंटे चली वो गल लग गया कि लत्तां थानी चोर निकल के भज गया उन्ने चिर च क्योंकि वो जिहड़ा बाबा झुरमट इकट्ठा होया होया सीगा उहनूं पता लगा कि बेवकूफ पै गए आपां अपनी जान बचाओ मैं ਇਹ ਹੈ ਤਰਕਸ਼ੀਲਤਾ ਇਹ ਹੈਗੀ ਆ ਕਿਸੇ ਪ੍ਰਤੀ ਸਹਾਨਭੂਤੀ ਹਰ ਚੀਜ਼ ਨੂੰ ਛੋਟੀ ਤੋਂ ਛੋਟੀ ਤੁਹਾਨੂੰ ਪਤਾ ਪ੍ਰਸਮ ਜਿਸੇ ਇੱਕ ਸਵਾਲ ਇਹ ਵੀ ਹੈਗਾ ਜੇਐਨਯੂ ਦੇ ਵਿੱਚ ਜਿੰਨੀ ਰਿਸਰਚ ਹੋ ਰਹੀ ਹੈ ਇੰਨੀ ਖੋਜ ਹੋ ਰਹੀ ਹੈ ਜਿਹੜਾ ਪਾੜਾ ਇੰਨਾ ਹੈਗਾ ਆਰਥਿਕ ਸੰਕਟ ਦਾ ਉਹ ਜੇਐਨਯੂ ਦੇ ਵਿਦਿਆਰਥੀ ਲੱਭ ਸਕੇ ਜਾਂ ਜੇਐਨਯੂ ਦੇ ਜਿਹੜੇ ਸਕਾਲਰ ਹੈਗੇ ਉਹ ਲੱਭ ਸਕੇ ਉਹੀ ਹੈ ਅਜੇ ਤੱਕ ਜਿਹੜੇ ਚੱਲ ਰਹੇ ਸੀ ਉਹਦੇ ਪਲੈਨਿੰਗ ਕਮਿਸ਼ਨ ਹੀ ਖਤਮ ਕਰਤਾ ਹੁਣ ਆਪਣਾ ਜਿਹੜੀ ਮਿਨਿਸਟਰੀ ਫਾਈਨੈਂਸ ਮਿਨਿਸਟਰੀ ਅਤੇ ਹੋਰਨਾਂ ਮਿਨਿਸਟਰੀਆਂ ਦਾ ਹੱਥ ਟੋਕਾ ਇੱਕ ਜਿਹੜਾ ਕੀ ਕਹਿੰਦੇ ਇਹਨੂੰ ਜਿਹੜਾ ਹੁਣ ਬਣਾਇਆ ਪਲੈਨਿੰਗ ਕਮਿਸ਼ਨ ਦੀ ਜਗ੍ਹਾ ਨੀਤੀ ਯੋਗ ਜਿਹਨੂੰ ਨੀਤੀ ਯੋਗ ਬਣਾ ਕੇ ਰੱਖਤਾ ਜੋ ਮਿਨਿਸਟਰੀ ਕਹਿੰਦੀ ਕਿ ਇਹੋ ਜਿਹਾ ਕੁਛ ਸਾਨੂੰ ਨੀਤੀ ਦੇ ਲਿਆ ਅੰਕੜੇ ਇਕੱਠੇ ਕਰ ਦਿਓ ਅੰਕੜੇ ਇਕੱਠੇ ਕਰ ਦੋਗੇ ਕੋਈ ਪਲੈਨਿੰਗ ਨਹੀਂ ਪਰ ਇਸੇ ਨਿੱਕੀ ਜੀ ਗੱਲ ਜ਼ਰੂਰ ਬ੍ਰੇਕ ਲੈ ਲਿਓ ਲਾਸਟ ਗੱਲ ਇੱਕੋ ਯੂਨੀਵਰਸਿਟੀ ਹੈ ਜਿੱਥੇ ਰੋਟੀ ਖਾਣ ਤੋਂ ਬਾਅਦ ਹੋਸਟਲ ਦੇ ਵਿੱਚ ਕਦੀ ਮਿਨਿਸਟਰਾਂ ਨੂੰ ਕਦੀ ਕਿਸੇ ਸਾਇੰਟਿਸਟ ਨੂੰ ਕਿਸੇ ਕਦੇ ਵੱਡੇ ਹੋਰ ਇੰਟਰਨੈਸ਼ਨਲ ਸਕਾਲਰ ਨੂੰ ਹੋਸਟਲਾਂ ਦੇ ਰਾਤ ਦੀ ਰੋਟੀ ਖਾਣ ਤੋਂ ਬਾਅਦ ਡਿਸਕਸ਼ਨਾਂ ਹੁੰਦੀਆਂ ਸਕਾਲਰ ਆਪਣਾ ਭਾਸ਼ਣ ਦਿੰਦੇ ਆ ਸਾਰੇ ਬੱਚੇ ਉਹਦੇ 'ਚ ਪਾਰਟੀਸਪੇਟ ਕਰਦੇ ਆ ਕੁੜੀਆਂ ਵੀ ਪਾਰਟੀਸਪੇਟ ਕਰਦੀਆਂ ਮੁੰਡੇ ਵੀ ਪਾਰਟ ਇਹ ਤਕਲੀਫ ਆ ਸਾਡੀ ਹੋਣ ਵਾਲੀ ਸਰਕਾਰ ਨੂੰ ਕਿ ਇੱਥੇ ਤੁਸੀਂ ਇੰਨੇ ਆਜ਼ਾਦ ਖਿਆਲਾਂ ਦੇ ਕ੍ਰਿਟੀਕਲ ਫੈਕਲਟੀ ਵਾਲੇ ਬੱਚੇ ਪੈਦਾ ਕਰੀ ਜਾਓਗੇ ਤਾਂ ਫਿਰ ਜਿਹੜਾ ਮੋਰ ਆ ਉਹ ਬ੍ਰਹਮਚਾਰੀ ਕਿਵੇਂ ਬਣੂਗਾ ਠੀਕ ਹੈ ਛੋਟਾ ਬ੍ਰੇਕ ਲਵਾਂਗੇ ਤੁਸੀਂ ਅੰਕੜੇ ਦੀ ਗੱਲ ਕੀਤੀ ਪ੍ਰਸਮਜੀਤ ਸਿੰਘ ਅੰਕੜੇ ਤਾਂ ਬੇਰੁਜ਼ਗਾਰੀ ਦੇ ਵੀ ਆ ਗਏ ਹੈਗੇ ਆ ਜਿਹੜੀ ਵਿਕਾਸ ਦਰ ਸਾਡੀ ਹੈਗੀ ਆ ਉਹਦੇ ਵੀ ਅੰਕੜੇ ਆ ਰਹੇ ਹੈਗੇ ਆ ਜਦੋਂ ਇਹੋ ਜਿਹੇ ਅੰਕੜੇ ਸਾਡੇ ਸਾਹਮਣੇ ਖੜੇ ਹੈਗੇ ਆ ਤਾਂ ਫਿਰ ਉਹਨਾਂ ਅੰਕੜਿਆਂ ਨੂੰ ਲੁਕਾਉਣ ਦੇ ਲਈ ਕਿਤੇ ਇਹ ਡਿਬੇਟ ਤਾਂ ਨਹੀਂ ਖੜੀ ਕੀਤੀ ਜਾ ਰਹੀ ਜਿਹੜੀ ਡਿਬੇਟ ਦੇ ਵਿੱਚ ਅਸੀਂ ਤੁਸੀਂ ਬੈਠੇ ਹੈਗੇ ਆ ਬਹੁਤ ਸਾਰੇ ਇਹੋ ਜਿਹੇ ਸਵਾਲ ਵੀ ਹੈਗੇ ਆ ਕਿਤੇ ਸਿਆਸੀ ਚਸ਼ਮੇ ਕਿਉਂ ਲਗਾਏ ਜਾ ਰਹੇ ਹੈਗੇ ਆ ਸਿਆਸੀ ਚਸ਼ਮੇ ਜ਼ਰੀਏ ਜੇਐਨਯੂ ਦਾ ਵਿਵਾਦ ਆ ਜਿਹੜਾ ਉਹ ਕਾਂਗਰਸ ਅਤੇ ਕਮਿਊਨਿਸਟਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਕਿ ਇਹੋ ਜਿਹੀ ਡਿਬੇਟ ਤਾਂ ਨਹੀਂ ਖੜੀ ਕੀਤੀ ਜਾ ਰਹੀ ਹੈ ਕਿ ਜਿਹੜਾ ਵਾਈਸ ਚਾਂਸਲਰ ਦਾ ਰੋਲਾ ਪਾਇਆ ਜਾ ਰਿਹਾ ਹੈਗਾ ਵਾਈਸ ਚਾਂਸਲਰ ਵਾਲੀ ਡਿਬੇਟ ਖੜੀ ਕਰਕੇ ਬਾਕੀ ਯੂਨੀਵਰਸਿਟੀਆਂ ਨੂੰ ਉਸ ਵਾਈਸ ਚਾਂਸਲਰ ਵਾਲੇ ਜਿਹੜਾ ਸ਼ਿਕੰਜਾ ਹੈਗਾ ਉਸ ਦੇ ਵਿੱਚ ਘੇਰਨ ਦੀ ਤਿਆਰੀ ਤਾਂ ਨਹੀਂ ਹੈਗੀ ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਪਰ ਇਸ ਦੇਸ਼ ਦਾ ਨੌਜਵਾਨ ਜਿਹੜਾ ਇਸ ਵਿਦਿਆਰਥੀ ਨੂੰ ਸਮਝਦਾ ਹੈਗਾ ਜਿਹੜਾ ਸਿੱਖਿਆ ਨੀਤੀ ਨੂੰ ਸਮਝਦਾ ਹੈਗਾ ਉਹ ਅੱਜ ਕਿੱਥੇ ਖੜਾ ਹੈਗਾ ਉਸ 'ਤੇ ਵੀ ਸਵਾਲ ਹੈਗੇ ਆ ਕਿਉਂਕਿ ਜਦੋਂ ਸਵਾਲ ਇਹ ਪੁੱਛਿਆ ਜਾਵੇ ਗੋਦੀ ਮੀਡੀਆ ਅਤੇ ਜਿਹੜਾ
दूजा मीडिया है क्या पता नहीं मीडिया भी वंडिया गया है क्या तो इस विद्यार्थी भी वंडे गए है क्या किहड़े विद्यार्थी है जिहड़े वंडे गए है क्या तो ये वंडन वाली सियासत दे विच जिहड़ा असल विच सोशल जस्टिस की गल जिहड़ी यूनिवर्सिटी विचों निकलदी सी कि उस सोशल जस्टिस नूं खत्म करन की कोशिश तो नहीं है कि विरोधी आवाज़ बंद करन की कोशिश तो नहीं है कि ब्रेक तो बाद वापस आके विरोध वाले सवाल होणगे जरूर वाली कोई पूछ रही है जेएनयू के विद्यार्थी अंदोलन में किहड़ा सच छुपाया जा रहा है क्या हरजीत भुल्लर साहब मैं आखिरी सवाल तुहानूं करना चाहुंदा ਤੁਹਾਨੂੰ ਕੀ ਲੱਗਦਾ ਕਿ ਕਿਹੜਾ ਤੱਥ ਹੈ ਜਿਹੜਾ ਉਹ ਅਸਲ ਵਿੱਚ ਛੁਪਾਉਣ ਦੀ ਕੋਸ਼ਿਸ਼ ਹੈ ਕੀ ਹੈ ਜਾਂ ਸਿਰਫ ਫੀਸ ਵਾਧਾ ਕਰਕੇ ਹੀ ਇਹ ਵਿਰੋਧ ਹੈ ਜਿਹੜਾ ਜਾਣਬੁੱਝ ਕੇ ਛੇੜਿਆ ਜਾ ਰਿਹਾ ਹੈਗਾ ਦੇਖੋ ਫੀਸ ਵਾਧਾ ਇੱਕ ਬਹਾਨਾ ਹੈ ਐਕਚੁਅਲ ਦੇ ਵਿੱਚ ਜਿੰਨੀਆਂ ਇਹ ਯੂਨੀਵਰਸਿਟੀਆਂ ਸੀਗੀਆਂ ਜਾਂ ਜਿੰਨੇ ਵੀ ਆਪਾਂ ਟ੍ਰੇਡ ਯੂਨੀਅਨਸ ਲਾ ਲਈਏ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਇਹ ਕਾਮਰੇਡ ਸੋਚ ਵਾਲੇ ਲੋਕ ਸੀਗੇ ਇਹਨਾਂ ਦੀ ਕਬਜ਼ਾ ਸੀਗਾ ਔਰ ਯੂਨੀਵਰਸਿਟੀ ਦੇ ਵਿੱਚ ਵੀ ਮੈਕਸਿਮ ਕਹਿ ਲਓ ਵੀ ਇਹਨਾਂ ਦਾ ਲੋਕਾਂ ਦਾ ਕਬਜ਼ਾ ਸੀ ਅੱਜ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕਿਤੇ ਠੇਸ ਪਹੁੰਚ ਰਹੀ ਹੈ ਔਰ ਬਿਲਕੁਲ ਮਾਹੌਲ ਚੇਂਜ ਹੋ ਰਿਹਾ ਅਤੇ ਉਹ ਇਸ ਗੱਲ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਰੋਸ ਹੈ ਇਸ ਚੀਜ਼ ਵੀ ਅਸੀਂ ਜਿਹੜੀ ਸਾਡੀ ਮੋਨੋਪੋਲੀ ਸੀ ਉਹ ਕਿਤੇ ਬ੍ਰੇਕ ਕੀਤੀ ਜਾ ਰਹੀ ਹੈ ਤੁਸੀਂ ਕਾਮਰੇਡੀ ਸੋਚ ਦੇ ਖਿਲਾਫ ਹੋ ਇਹ ਕਾਮਰੇਡੀ ਸੋਚ ਦੇ ਖਿਲਾਫ ਨਹੀਂ ਲੇਕਿਨ ਨਹੀਂ ਤਰਕਸ਼ੀਲ ਸੋਚ ਦੇ ਬਿਲਕੁਲ ਖਿਲਾਫ ਨਹੀਂ ਅਸੀਂ ਅਤੇ ਕਾਮਰੇਡੀ ਸੋਚ ਉਸ ਦੇ ਖਿਲਾਫ ਹੈ ਜਿਹੜੀ ਦੇਸ਼ ਵਿਰੋਧੀ ਗਤੀਵਿਧੀਆਂ ਕਰਾਵੇ ਅੱਜ ਜਿੰਨੀਆਂ ਵੀ ਅਗਰ ਅਸੀਂ ਜਿਹੜੀ ਮੁਸਲਿਮ ਟੈਰਰਿਜ਼ਮ ਹੈ ਜਾਂ ਆਪਾਂ ਸਿੱਖ ਟੈਰਰਿਜ਼ਮ ਕਹਿ ਦਿੰਦੇ ਸੀਗੇ ਉਹਨਾਂ ਨੂੰ ਅਗਰ ਛੱਡ ਦਈਏ ਅਸੀਂ ਉਸ ਤੋਂ ਸਿਵਾਏ ਜਿਹੜੇ ਟੈਰਰਿਜ਼ਮ ਚੱਲ ਰਹੇ ਨੇ ਅੱਜ ਨਹੀਂ ਮੁਸਲਿਮ ਟੈਰਰਿਜ਼ਮ ਸਿੱਖ ਟੈਰਰਿਜ਼ਮ ਹਿੰਦੂ ਟੈਰਰਿਜ਼ਮ ਵੀ ਹੁੰਦਾ ਮੈਂ ਕਹਿੰਦਾ ਹਿੰਦੂ ਟੈਰਰਿਜ਼ਮ ਵੀ ਕੱਲਾ ਟੈਰਰਿਜ਼ਮ ਕਿਉਂ ਨਹੀਂ ਹੁੰਦਾ ਅਸੀਂ ਵੰਡ ਕੇ ਕਿਉਂ ਦੇਦੇ ਕੱਲਾ ਟੈਰਰਿਜ਼ਮ ਕਿਉਂ ਨਹੀਂ ਕਹਿੰਦੇ ਅਸੀਂ ਬੋਲੋ ਸਾਹਿਬ ਮੈਨੂੰ ਇਸ ਕਮੈਂਟ ਤੇ ਇਤਰਾਜ਼ ਆ ਚਲੋ ਮੈਂ ਟੈਰਰਿਜ਼ਮ ਕੱਲਾ ਟੈਰਰਿਜ਼ਮ ਕਿਉਂ ਨਹੀਂ ਟੈਰਰਿਜ਼ਮ ਦੀ ਗੱਲ ਕਰ ਲੈਂਦੇ ਜੀ ਹਾਂ ਬੋਲੋ ਲੇਕਿਨ ਅੱਜ ਅਗਰ ਅਸੀਂ ਜਿੰਨੀ ਵੀ ਮੂਵਮੈਂਟ ਦੇਖ ਲੈਂਦੇ ਹਾਂ ਚਾਹੇ ਉਹ ਛੱਤੀਸਗੜ੍ਹ ਚੱਲ ਰਹੀਆਂ ਚਾਹੇ ਉਹ ਮੱਧ ਪ੍ਰਦੇਸ਼ ਚੱਲ ਰਹੀਆਂ ਚਾਹੇ ਯੂਪੀ ਬਿਹਾਰ ਜਾਂ ਸਾਊਥ ਚੱਲ ਰਹੀਆਂ ਹੈਗੀਆਂ ਨੇ ਜਾਂ ਤੁਹਾਡੀਆਂ ਨੌਰਥ ਈਸਟ ਜਿਹੜੀਆਂ ਸਟੇਟਸ ਨੇ ਉੱਥੇ ਚੱਲ ਰਹੀਆਂ ਹੈਗੀਆਂ ਨੇ ਕੌਣ ਲੋਕ ਚਲਾ ਰਹੇ ਆ ਉਹਦੇ ਪਿੱਛੇ ਹੈ ਕੌਣ ਲੋਕ ਨੇ ਕਿੰਨਾ ਲੋਕਾਂ ਦਾ ਦਿਮਾਗ ਹੈ ਔਰ ਉਹ ਦਿਮਾਗ ਨੂੰ ਕਿਤੇ ਨਾ ਕਿਤੇ ਬ੍ਰੇਕ ਕੀਤਾ ਜਾ ਰਿਹਾ ਔਰ ਉਹਦੀ ਵਜ੍ਹਾ ਇਹ ਹੈ ਕਿ ਜਿਹੜੀਆਂ ਇੰਸਟੀਟਿਊਸ਼ਨ ਸੀਗੀਆਂ ਜਦੋਂ ਉਹਨਾਂ ਦੇ ਉੱਤੇ ਇਸ ਚੀਜ਼ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਸੋਚ ਨੂੰ ਉਸ ਦਿਮਾਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਰਲੋ ਮੱਛੀ ਹੋ ਰਹੇ ਨੇ ਉਸ ਚੀਜ਼ ਦੇ ਵਿੱਚ ਤੁਹਾਡੀ ਵਿਕਾਸ ਦੀ ਪਰਿਭਾਸ਼ਾ ਹੈ ਸਿਰਫ ਵਿਕਾਸ ਦੀ ਪਰਿਭਾਸ਼ਾ ਹੈ ਕਿ ਸਿੱਖਿਆ ਮਹਿੰਗੀ ਕਰਨੀ ਬਿਲਕੁਲ ਸਿੱਖਿਆ ਮਹਿੰਗੀ ਯੂਨੀਵਰਸਿਟੀਆਂ ਨੂੰ ਅੱਗੇ ਲੈ ਕੇ ਆਉਣਾ ਅਸੀਂ ਸਿੱਖਿਆ ਬਿਲਕੁਲ ਮਹਿੰਗੀ ਨਹੀਂ ਕਰ ਰਹੇ ਹੈਗੇ 300 ਰੁਪਈਆ ਮੈਂ ਤਾਂ ਕਹਿਤਾ ਅਗਰ ਕੋਈ ਵੀ ਸਟੂਡੈਂਟ 500 ਰੁਪਈਏ ਤੋਂ 10,000 ਰੁਪਈਆ ਬਾਹਰ ਪੀਜੀ ਦਾ ਦੇ ਸਕਦਾ ਤੇ 300 ਰੁਪਈਆ ਇੱਕ ਕਮਰੇ ਦਾ ਜਿੱਥੇ ਸਾਰੀ ਫੈਸਿਲਿਟੀਆਂ ਮਿਲ ਰਹੀਆਂ ਤੁਹਾਨੂੰ ਹੋਸਟਲ ਤੁਸੀਂ ਭੁੱਲ ਨਹੀਂ ਸਕਦੇ ਸਿੱਖਿਆ ਮੁਫਤ ਕਰ ਦਿਓ ਨਾ ਸਾਰੇ ਪਰ ਮੁਫਤ ਵਰਗਾ ਹੀ ਕੰਮ ਹੈ 300 ਰੁਪਈਆ ਹਾਂ 300 ਰੁਪਈਆ ਹੁੰਦਾ ਹੈ ਮੁਫਤ ਵਰਗਾ ਹੀ ਕੰਮ ਹੈ ਅਮਨਦੀਪ ਇਹ 300 ਰੁਪਏ ਕਹਿੰਦੇ ਮੁਫਤ ਵਾਲਾ ਕੰਮ 300 ਨਹੀਂ ਸਾਲਾਨਾ ਜਿਹੜਾ ਖਰਚਾ 5,000 ਤੋਂ ਚੱਕ ਕੇ 50,000 ਕਰਤਾ ਤੇ ਇਹ ਕਿਉਂ ਬਾਰ ਬਾਰ ਲੁਕੋਇਆ ਜਾਂਦਾ ਵੀ ਉਹ ਦੇਸ਼ ਜਿਹਦੀ ਐਡੀ ਵੱਡੀ ਆਬਾਦੀ 20 ਰੁਪਏ ਤੋਂ ਘੱਟ ਕਮਾਉਂਦੀ ਆ ਉਹ ਕਿੱਥੋਂ 5,000 ਰੁਪਇਆ ਜਿਹੜਾ ਦੇ ਕੇ ਪੜ੍ਹ ਲੈਣਗੇ ਪਹਿਲੇ ਹੀ 90% ਜਿਹੜੇ ਨੌਜਵਾਨ ਨੇ ਉਹ ਤਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪਹੁੰਚ ਹੀ ਨਹੀਂ ਰਹੇ ਉਹਦਾ ਕਿਉਂ ਨਹੀਂ ਸਵਾਲ ਚੱਕਿਆ ਜਾਂਦਾ ਵੀ ਉਹ ਇਹੋ ਜਿਹੀ ਹਾਲਤ ਦੇ ਵਿੱਚ ਉਹ 5,000 ਰੁਪਇਆ ਪੀਜੀਆਂ ਦੇ ਵਿੱਚ ਨਹੀਂ ਦੇ ਸਕਦਾ ਉਹਨੂੰ ਇਹੋ ਜਿਹੀ ਸਿੱਖਿਆ ਜਿਹੜੀ ਸਸਤੀ ਸਿੱਖਿਆ ਜਾਂ ਮੁਫਤ ਸਿੱਖਿਆ ਉਹ ਆਪਣੇ ਹਰ ਜ਼ਿਲ੍ਹੇ 'ਚ ਮਿਲੇ ਤਾਂ ਉਹ ਵਿਦਿਆਰਥੀ ਪੜ੍ਹ ਸਕਣਗੇ ਅਤੇ ਜਿਹੜੇ ਅੱਜ ਜੇਐਨਯੂ ਤੱਕ ਇਹੋ ਜਿਹੀਆਂ ਯੂਨੀਵਰਸਿਟੀਆਂ ਤੱਕ ਪਹੁੰਚ ਰਹੇ ਆ ਉਹਨਾਂ ਨੂੰ ਵੀ ਬਾਹਰ ਕੀਤਾ ਜਾ ਰਿਹਾ ਅਤੇ ਇਹ ਕਿਹਾ ਜਾ ਰਿਹਾ ਕਿ ਉਹ ਅਫੋਰਡ ਕਰ ਸਕਦੇ ਨੇ ਉਹ ਕਰੋੜਪਤੀ ਮੰਤਰੀ ਜਿਹੜੇ ਕਰੋੜਾਂ ਦੀ ਦੌਲਤ ਦੇ ਮਾਲਕ ਨੇ ਉਹਨਾਂ ਦੇ ਮੋਬਾਈਲ ਫੋਨ ਤੋਂ ਲੈ ਕੇ ਸਫ਼ਰ ਉਹਨਾਂ ਦੀ ਬਿਜਲੀ ਰੈਜੀਡੈਂਸ ਸਭ ਮੁਫਤ ਦਿੱਤਾ ਜਾ ਰਿਹਾ ਉਹਨਾਂ 'ਤੇ ਕੋਈ ਸਵਾਲ ਨਹੀਂ ਚੱਕਿਆ ਜਾਂਦਾ ਹਰ ਜਿਹੜੇ ਸੈਸ਼ਨ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਂਦੀਆਂ ਭੱਤੇ ਵਧਾਏ ਜਾਂਦੇ ਆ ਉਦੋਂ ਕੋਈ ਗੱਲ ਨਹੀਂ ਹੁੰਦੀ ਜਦੋਂ ਇਸ ਦੇਸ਼ ਦੇ ਵਿੱਚ ਪਹਿਲਾਂ ਹੀ 90% ਜਿਹੜਾ ਨੌਜਵਾਨ ਆ ਉਹ ਸਿੱਖਿਆ ਤੋਂ ਬਾਹਰ ਹੈ ਉਹਨੂੰ ਅੰਦਰ ਲੈਣ ਦੇ ਲਈ ਉਹਨੂੰ ਸਿੱਖਿਅਤ ਕਰਨ ਦੇ ਲਈ ਉਹ ਕਾਲਜਾਂ ਵਿੱਚ ਪਹੁੰਚ ਸਕੇ ਉਹਦੇ ਲਈ ਜ਼ਰੂਰੀ ਹੈ ਕਿ ਸਿੱਖਿਆ ਮੁਫਤ ਕੀਤੀ ਜਾਵੇ ਹੋਰ ਸਸਤੀ ਕੀਤੀ ਜਾਵੇ ਇਸ ਸਵਾਲ ਨੂੰ ਛੱਡ ਕੇ ਲਗਾਤਾਰ ਸਿੱਖਿਆ ਮਹਿੰਗੀ ਕੀਤੀ ਜਾ ਰਹੀ ਹੈ ਅਤੇ ਜਿਹੜੇ ਕਹਿ ਰਹੇ ਕਿ ਫੀਸ ਵਧਾਉਣ ਨਾਲ ਮਹਿੰਗੀ ਨਹੀਂ ਹੋ ਰਹੀ ਸਿੱਖਿਆ ਕਿਵੇਂ ਨਹੀਂ ਮਹਿੰਗੀ ਹੋ ਰਹੀ ਫੀਸ ਵਧਾਉਣ ਦੇ ਨਾਲ ਅਤੇ ਉਹਦੇ ਨਾਲ ਨਾਲ ਜਿਹੜਾ ਸਿਰਫ ਸਿੱਖਿਆ ਨਿੱਜੀਕਰਨ ਕਰਨਾ ਨਹੀਂ RSS ਤੇ BJP ਦਾ ਜੋ ਏਜੰਡਾ ਹੈ ਕਿ ਕੋਈ ਵੀ ਵਿਰੋਧੀ ਵਿਚਾਰ ਉਹ ਦੇਸ਼ ਦੇ ਵਿੱਚ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ ਇਸ ਲਈ ਜੇ ਤੁਸੀਂ ਕਾਲਜ ਟਾਈਮ ਤੋਂ ਬਾਅਦ ਬੈਠ ਕੇ ਰਾਤ ਨੂੰ ਡਿਸਕਸ਼ਨਾਂ ਕਰਨੀਆਂ ਜੇ ਤੁਸੀਂ ਰਾਤ ਨੂੰ ਲਾਇਬ੍ਰੇਰੀ ਆ ਕੇ ਆਪਣੇ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨੀਆਂ ਜੇ ਮੁੰਡੇ ਕੁੜੀਆਂ ਨੇ ਇਕੱਠੇ ਬਹਿ ਕੇ ਗੱਲਬਾਤ ਕਰਨੀ ਹੈ ਕੁਛ ਕਰਨਾ ਉਹ ਕੋਈ ਵੀ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਇਹ ਇਹੋ ਜਿਹੇ ਰੋਬੋਟ ਇਹੋ ਜਿਹੀਆਂ ਮਸ਼ੀਨਾਂ ਪੈਦਾ ਕਰਨੇ ਚਾਹੁੰਦੇ ਆ ਜਿਹੜੇ ਬਸ ਮਤਲਬ ਇਹਨਾਂ ਦੇ ਪਿੱਛੇ ਜੈ ਜੈ ਕਰ ਸਕਣ
किसी चीज़ से सवाल ना करन कि क्यों देश दे विच 45 साल च सब तो वध बेरोजगारी है, सब तो वध अज गरीबी वध रही है, इन्ना कुछ देश दे विच हाहाकार मचा हुआ, इन्ह चीज़ों के मसलों के सवाल ना उठाउन, इसलिए दिमागों को बंद करना चाहते हैं। सारिया ये कोशिशां ने जो अज बीजेपी RSS का जो एजेंडा देश दे विच सिक्ख्या नूं निजीकरण करन दे नाल नाल देश दी आबादी नूं जिहड़ा उहनां दे इस तो पहले सरकार रही है कांग्रेस कांग्रेस पक्षी वो हक विच लगदी नहीं नहीं बिल्कुल हक विच नहीं पर यह जी सरकार उन्होंने सिक्ख्या नीति लिए की करता उन्होंने कुछ नहीं करया असि किसे पहले वाली सरकार नूं कहंदे नहीं हैगे कि उन्हें सिक्ख्या कुछ बहुत बड़े आबादी तक पहुंचदी कीती ओहदे भी यही एजेंडे सी पर यह जी सरकार है जिहदे जिन्हें अन्नी भीड़ नीचे RSS दे जिहड़े जथेबंदियां ने इकट्ठी कीती हुई है जिहड़ी इन्नी कुशलता दे नाल आपदे मीडिया दे जरिए जिहड़े इन्हां ने चैनल इहो जे खरीदे ने असि धन्नवादियां इहो जे मीडिया चैनल भी हैगे ने जिहड़े इस तरह की डिबेट बुला के करवा रहे ने पर दूजे पासे वड्डे पद्धर ते लोकां तक सही जानकारियां नाम पहुंचण देनियां ते फिरकू जिहड़ियां जथेबंदियां RSS आ गईयां ओह मंदर दा मुद्दा चक के कदे कदे हिंदू मुसलमान दा मुद्दा चक के जिहड़ा सिक्ख्या दी गल कर लैंदे आ ए फिरकू जथेबंदियां कौन ने फिरकू जथेबंदियां ओह ने जिहड़ियां पहाड़ पाउंदियां ने चक रहे है इस आवाज का साथ है जो कौन दूगा जिहड़ी आवाज़ JNU तो उठ रही है जिहड़ी आवाज़ IIT मुंबई तो उठ रही है जिहड़ी आवाज़ उत्तराखंड के 16 आयुर्वेदिक कॉलेजों से उठ रही है उस आवाज़ नू जिहड़े वक्ख वक्ख पंजाब यूनिवर्सिटी दे विच असी लड़के फीस वापस कराई है 1100% फीस वधाई सी उदों इन्हां दी जिहड़ी ABBP विद्यार्थी जथेबंदी किते होर ही खड़ी दिखाई दिंदी हुंदी सीगी असी जाणदे आ जिहड़ा पूरे स्टूडेंट हैगे आ विजय ओह वी फीस वध दे विच शामिल हुंदे ओह क्यों फिर तुहाडा विरोध करदे जिहड़ी असी पहला गल कह चुके हैं भी RSS का एजेंडा ही नहीं है किसी सिक्षित करना ते ABBP डायरेक्टली आप स्टूडेंट उत्थे पढ़ते पे आ उन्होंने भी पढ़ना है ਉਹਨਾਂ ਦੇ ਉੱਤੇ ਫਿਰ ਉਹਨਾਂ ਦੀ ਸਰਕਾਰ ਬੀਜੇਪੀ ABBP RSS ਦੇ ਨਾਲ ਜੁੜੀ ਹੋਈ ਹੈ ਉਹ ਜਿਹੜੀਆਂ ਫੀਸਾਂ ਦੀ ਗੱਲ ਹੋ ਰਹੀ ਹੈ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ ਇਹਨਾਂ ਦਾ ਤਾਂ ਡਾਇਰੈਕਟ ਫੰਡ ਜਾ ਰਿਹਾ ਹੈ ਇੰਨਾ ਪੈਸਾ ਇਹਨਾਂ ਦੇ ਕੋਲ ਆ ਰਿਹਾ ਹੈਗਾ ਸਿੱਧਾ ਜਿਹੜਾ NGOs ਦੇ ਨਾਮ ਤੇ ਸਰਕਾਰ ਦਾ ਪੂਰਾ ਪੈਸਾ ਤਾਂ ਇਹੀ ਖਾ ਰਹੇ ਨੇ ਦੂਜਿਆਂ ਨੂੰ ਸਟੂਡੈਂਟ ਔਰ ਜਿਹੜੇ ਵਿਦਿਆਰਥੀ ਤੋਂ ਪੜ੍ਹਦੇ ਨੇ ਉਹਨਾਂ ਨੂੰ ਮੁਫਤ ਖੋਰੇ ਦੱਸਦੇ ਨੇ ਉਹਨਾਂ ਨੂੰ ਲੋੜ ਹੀ ਕੋਈ ਨਹੀਂ ਹੈ ਅਸੀਂ ਤਾਂ ਸਮਝਦੇ ਹਾਂ ABBP ਨੂੰ ਅੱਜ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਉਹ ਇੱਕ ਵਿਦਿਆਰਥੀ ਜਥੇਬੰਦੀ ਹੈ ਉਸ ਨੂੰ ਇਸ ਲੜਾਈ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਪ੍ਰਸਮਜੀਤ ਸਿੰਘ ਲਾਸਟ ਮਿੰਟ ਤੁਹਾਡੇ ਪ੍ਰਸਮਜੀਤ ਸਿੰਘ ਜਿਹੜਾ ਵਿਦਿਆਰਥੀ ਹੈ ਜਿਹੜਾ ਸਿੱਖਿਆ ਦੇ ਮੰਦਰ ਵਿੱਚ ਜਾਂਦਾ ਹੈਗਾ ਉੱਥੇ ਸਿਆਸਤ ਦੀ ਐਂਟਰੀ ਇਸ ਤਰੀਕੇ ਕੀਤੀ ਜਾ ਰਹੀ ਹੈਗੀ ਹੈ ਇਹੋ ਜਿਹੀ ਹੋਣੀ ਚਾਹੀਦੀ ਹੈ ਕਿਹੜੀ ਸਿਆਸਤ ਦੀ ਤਰ੍ਹਾਂ ਜਿਹੜੀ ਹੈਗੀ ਹੈ ਕਿ ਲੋਕਾਂ ਦੇ ਹੱਕ 'ਚ ਗੱਲ ਕਰਨੀ ਕੋਈ ਇਨਸਾਫ਼ ਦੀ ਗੱਲ ਕਰਨੀ ਕੋਈ ਬਰਾਬਰਤਾ ਦੀ ਗੱਲ ਕਰਨੀ ਸਮਤਾ ਦੀ ਗੱਲ ਕਰਨੀ ਤਰਕਸ਼ੀਲਤਾ ਦੀ ਕਰਨੀ ਸਾਇੰਟੀਫਿਕ ਟੈਂਪਰ ਦੀ ਗੱਲ ਕਰਨੀ ਕਿ ਤੁਸੀਂ ਚੰਗੇ ਤਰੀਕੇ ਨਾਲ ਦੇਸ਼ ਨੂੰ ਅੱਗੇ ਲਿਜਾਓ ਵਿਜ਼ਨਰੀ ਪੈਦਾ ਕਰਨੇ ਡਿਬੇਟਰ ਪੈਦਾ ਕਰਨੇ ਚੰਗੇ ਲੀਡਰ ਪੈਦਾ ਕਰਨੇ ਇਹ ਚੰਗੇ ਪਲੈਨਰ ਪੈਦਾ ਕਰਨੇ ਚੰਗੇ ਐਡਮਿਨਿਸਟ੍ਰੇਟਰ ਪੈਦਾ ਕਰਨੇ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਦੇਸ਼ ਦਾ ਨਾਂ ਉੱਚਾ ਕਰਨਾ ਮੈਂ ਜਿਵੇਂ ਕਿਹਾ ਕਿ 71 ਦੇਸ਼ ਦੇ ਜਿਹੜੇ ਅਲੱਗ ਯੂਨੀਵਰਸਿਟੀਆਂ ਆ ਉਹਨਾਂ ਦੇ ਨਾਲ ਇਹਨਾਂ ਦਾ MOU ਹੈਗਾ ਆ ਇਹ ਕੋਈ ਛੋਟੀ ਗੱਲ ਨਹੀਂ ਇਹ ਯੂਨੀਵਰਸਿਟੀ JNU ਜਿਹੜੀਆਂ ਸਾਰੀਆਂ ਉਹਨਾਂ ਦੀਆਂ ਨੈਕ ਜਾਂ ਹੋਰ ਏਜੰਸੀਆਂ ਸਾਡੀਆਂ ਉਹਨੂੰ ਵੈਲਿਊ ਜਦੋਂ ਕਰਦੀਆਂ ਕਦੀ ਪਹਿਲੇ ਨੰਬਰ 'ਤੇ ਕਦੀ ਦੂਜੇ ਨੰਬਰ 'ਤੇ ਕਦੀ ਪਹਿਲੇ ਨੰਬਰ 'ਤੇ ਆ ਪ੍ਰੈਜੀਡੈਂਟ ਨੇ ਅਵਾਰਡ ਦਿੱਤਾ ਬੈਸਟ ਯੂਨੀਵਰਸਿਟੀ ਦਾ ਦੋ ਸਾਲ ਪਹਿਲਾਂ ਇਹਨੂੰ ਇਸ ਯੂਨੀਵਰਸਿਟੀ ਨੂੰ ਉਹ ਉੱਥੇ BJP ਦੀ ਸਰਕਾਰ ਦੀ BJP ਦੇ ਟਾਈਮ ਦਾ ਪ੍ਰੈਜੀਡੈਂਟ ਇਸ ਕਰਕੇ ਜੇ ਹੁਣ ਵੀ ਉਹ ਯੂਨੀਵਰਸਿਟੀ ਜੇ ਜੋ ਇਹ ਉਹਨਾਂ ਦੀ ਪਿਕਚਰ ਕਰ ਰਿਹਾ ਕਿ ਉੱਥੇ ਦੇ ਜਿਤਨਾ ਲੋਭ ਔਰ ਗੁੰਡੇ ਇਸ ਕਿਸਮ ਦੇ ਆ ਤੇ ਮਾਹੌਲ ਖਰਾਬ ਕਰਨ ਵਾਲੇ ਤੇ ਵਿਲਡ ਲੋਕ ਉੱਥੇ ਆ ਤੇ ਫਿਰ ਇਹ ਯੂਨੀਵਰਸਿਟੀ ਨੰਬਰ 1 ਤੇ ਕਿਵੇਂ ਕੱਢਦੀ ਹੈ ਸਰਕਾਰ ਦੀਆਂ ਏਜੰਸੀਆਂ ਜਿਹੜੀਆਂ ਸਰਕਾਰ ਦੀ ਆਪਣੀ ਜਿਹੜੀ ਆਡਿਟਿੰਗ ਕਮੇਟੀ ਹੈ ਔਰ ਉਹ ਇੱਕ ਬਿਲਕੁਲ ਲਿਬਰਲ ਫ੍ਰੀ ਮਾਹੌਲ ਜੋ ਅਸਲ ਵਿੱਚ ਯੂਨੀਵਰਸਿਟੀ ਦੀ ਇੱਕ ਸਪਿਰਿਟ ਆਤਮਾ ਹੋਣੀ ਚਾਹੀਦੀ ਹੈ ਉਹ ਉੱਥੇ JNU 'ਚ ਮਜ਼ਦੂਰ ਜਿਹੜੀ ਕਿ ਕਿਸੇ ਨੂੰ ਇਹ ਸਖਾਮੀ ਨਹੀਂ ਲੱਗਦੀ ਕਿਉਂਕਿ ਉਹ ਕੰਟਰੋਲ ਕਰਨਾ ਬਿਲਕੁਲ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਦੱਸਦਾ ਜਿਸ ਤਰ੍ਹਾਂ ਬਾਕੀ ਸਾਰੇ ਇੰਸਟੀਟਿਊਸ਼ਨ ਅਤੇ RSS ਅਤੇ BJP ਰਲ ਕੇ ਕੰਟਰੋਲ ਕਰ ਰਹੀ ਹੈ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸਾਰੀ ਮੈਨੇਜਮੈਂਟ ਬਦਲ ਕੇ ਨਹਿਰੂ ਦਾ ਰੌਲਾ ਤਾਂ ਨਹੀਂਗਾ ਨਹਿਰੂ ਦਾ ਹੀ ਰੌਲਾ ਹੋਰ ਕਾਹਦਾ ਰੌਲਾ ਹੈ ਕਿ ਨਹਿਰੂ ਦੀ ਜਿਹੜੀ ਲੈਗੇਸੀ ਔਰ ਪਰਿਵਾਰ ਦਾ ਤੇ ਉਹਦਾ ਜਿਹੜਾ ਬਿਲਕੁਲ ਐਨੇ ਉਹਨੂੰ ਖਾਤਮਾ ਕਰਨਾ ਤਾਂ ਹੀ ਇਹਦੇ ਕਹਿੰਦੇ ਟੈਂਕ ਉੱਥੇ ਟੈਂਕ ਲਾਉਣਾ ਸਾਹਿਬ ਲਾਸਟ ਸਵਾਲ ਇਹ ਨਹਿਰੂ ਦਾ ਹੀ ਰੌਲਾ ਸਿਰਫ ਨਹੀਂ ਨਹੀਂ ਮੈਂ ਉਹ ਤਾਂ ਹੀ ਤਾਂ ਕਿਹਾ ਨਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੀਆਂ ਪੁਰਾਣੀਆਂ ਜਿੰਨੇ ਵੀ ਸੀਗੇ ਔਰ ਉਹਨਾਂ ਨੂੰ ਜੋ ਅੱਜ ਅਗਰ ਉਹ ਹਾਸ਼ੀਏ 'ਤੇ ਜਾ ਰਹੇ ਨੇ ਤਕਲੀਫ ਇਸ ਗੱਲ ਦੀ ਹੈਗੀ ਹੈ ਉਹ ਚਾਹੇ ਨਹਿਰੂ ਹੋਵੇ ਚਾਹੇ ਇੰਦਰਾ ਗਾਂਧੀ ਹੋਵੇ ਚਾਹੇ ਉਹ ਰਾਜੀਵ ਗਾਂਧੀ ਹੋਵੇ ਜਾਂ ਫਿਰ ਇਹ ਕਾਮਰੇਡ ਹੋਣ
जो उन्होंने हाशिया लगेगा वो हाशिए से जाएंगे उन्होंने तकलीफ तो होनी है क्योंकि आप कुछ किया नहीं और दूसरे से सवाल खड़े करने अगर आप इन्हें काबल होंगे तो अब वैसट बंगाल चो खत्म ना हो अब बाकी स्टेटा चो खत्म ना हो जिते तो अब कांग्रेस जी हाशिए से आके अब 44-45 या 50 सीटा ना बैठी होंगी इस करके तकलीफ उस चीज़ की है भी असं खत्म होंगे जा रहे हैं और दूसरी जी धीर हैगी पावरफुल होंगी आ रही है और इस तो सवाए कुछ नहीं है आने वाले समय होर भी इन्होंने रोन टिप्पा होगा मेरा एक मिनट जरूर लूंगा मेरा इन्हां भुल्लर साहब नूं एक सवाल है बीजेपी नूं एक सवाल है जे उन्हूं लगता जे एन यू दे विच नक्सलाइट पढ़दे आ तां उह आइडेंटीफाई करे कौन नक्सलाइट ने जे उन्हां लगता जे एन यू दे विच माओवादी पढ़दे आ तां उन्हां नूं आइडेंटीफाई करे कौन माओवादी ने मैं सवाल करना चाहुंदा इस देश की सरकार नूं बीजेपी नूं कि उह सिक्ख्या विरोधी है या सिक्ख्या दे पक्ष विच है जे सिक्ख्या दे पक्ष विच है तां जे एन यू समेत देश दीआं जिन्नीआं भी यूनिवर्सिटीआं ने कॉलेज ने सारिआं दे विच फीसां खत्म होणीआं चाहीदीआं ने फीसां फ्री होणीआं चाहीदीआं ने फ्री सिक्ख्या देवे सरकार देश दे नौजवानां नूं जे इह सिक्ख्या विरोधी है जे सिक्ख्या विरोधी है तां इह अपना जिहड़ा चेहरा उह लोकां दे सामणे लै के आऊगी उह सारा सानूं दिख ही रिहा गा ते जिहड़ी गल इह कर रहे सीगे भुल्लर साहब मैं इक्को ही मिंट लऊंगा कि जिहड़े 300 रुपये की यह गल कर रहे ने वी 300 रुपये जिहड़े बाहर 8000 रुपये दे के रहे ने इह की 308000 लाई हुई है गल तां सिक्ख्या दी है गल अधिकार दी है मौलिक अधिकार नूं तुसीं खत्म करोगे या तुसीं उस नूं दोगे जिथे ना सरकार हैगी है उत्थे सारी यूनिवर्सिटीआं दी सारे स्कूलां दी कॉलेजां दी फीस माफ कर देण नहीं मसला नहीं हैगा मसला नहीं ना 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 सरकार वाला मसला नहीं हैगा माफ कर दे ए ए देश दे भविष्य दा मसला गल है भी स्टेट माफ कर देण अपने आप सेंटर गवर्नमेंट दे आ जूगी चलो मैं को वक्त नहीं लोकां दी सरकार आपां करिए ना दूसरे सवाल खड़ा करिए जिथे ना सरकार है खत्म कर देण उत्थे मतलब सरकार वंडियां पाउणा चाहुंदी है नहीं कदी वंडी पाउणा चाहुंदी है स्टेट गवर्नमेंट कर दो जिथे ना सरकार हैगी एक मिनट मतलब कोई भी कर दे इन्हां ने सेंटर गवर्नमेंट दोषी है कोई भी कर दे स्टेट गवर्नमेंट करे ना स्टेट गवर्नमेंट कर दे इन्हां दी बार बार गल है कि फीस ज्यादा नहीं है मैं तुहानू ये गल दस दिया कि एहो जे बच्चे भी अंकड़े आए आ जिन्हां दे परिवार की सालाना आमदन 25000 रुपये उन्हां दे रिटर्न उन्होंने दिते हुए सर्टिफिकेट तुसीं उन्हां दे जे 50000 जे साल दे बच्चे दा कर दोगे किवें बणगे कन्हैया कुमार एक मिनट कन्हैया कुमार दा बाप बिल्कुल एग्रीकल्चर लेबर दे लेवल दा सीगा जे ओह आके जे एन यू दा प्रधान बणिया ते तुहाडे देश दा सिर उच्चा करन वाली गल है मान वाली गल है मैं एक अजिहे परिवार तों आउणा है जिस परिवार दी महीने दी जिहड़ी इन्हां दी सरकार आ इनकम 300 रुपये दिंदी है सफाई सेवक मेरा फादर हैगा मैं आप जिस स्कूल का स्टूडेंट सीगा उसे स्कूल दे विच झाड़ू का काम करता सी ते उत्थे पढ़ के मैं अज चंडीगढ़ तक पहुँचा क्यों पहुँचा क्योंकि मैं स्कॉलरशिप मिलती सी स्कॉलरशिप दे सिर ते ही अज मैं उच्च सिक्ख्या प्राप्त कर सकिया जे मेरे कोल ओ ना हुंदी ते अज हो सकदा मैं भी किसी नाली दे विचों कूड़ा साफ कर रहा हुंदा या ढेरियां चुक रहा हुंदा ए सरकार चाहुंदी नहीं ए सरकार चाहुंदी नहीं सरकार ही दे रही सी सीपीआई सीपीएम दे रही सी सीपीआई सीपीएम दे रही सी सरकार चाहुंदी कि दे सीपीआई सीपीएम दे रही सी कामरेड दे रही सी तुहानू स्कॉलरशिप सरकार ही दे रही सी ना सरकार ही दे रही सी ना सरकार ही दे रही सी ना जिहड़े टैक्स पेयर इस तरीके देखते हैं जो टैक्स भरते हैं सीधे तौर सिर्फ टैक्स पेयर है हर शख्स टैक्स भरता है तुसी जिहड़े घट कमाने हैगे तुसी भी टैक्स भरदे जो तुसी कोई खरीदारी करदे हो उहदे विच सर्विस टैक्स ऐड हुंदा हैगा GST ऐड हुंदा उह सारे टैक्स तुसी सारे भरदे हैगे सरकार दा कोई पैसा नहीं साडा तुहाडा पैसा है इस करके सवाल पुछना पवेगा जे सवाल नहीं पुछोगे तो सरकारां तुहाडे ते फैसले थोप देणगियां जे तुसी सिक्ख्या लई अज नहीं लड़ोगे तो सिक्ख्या दे मंदर विच्चों तुसी हमेशा दे लई बाहर हो जाओगे जे तुसी सिखोगे कुछ नहीं फिर तुसी सवाल नहीं करोगे जे सिखोगे तो सवाल करोगे जरूर तो इस करके सवाल यह खड़ा हो गया कि साडे घरां दे जवाक जो JNU जाते हैं माओवादी किन्ने पैदा होंगे कामरेड किन्ने पैदा होंगे तर्कशील सोच किन्नी पैदा होंगी है अत्तवादी किन्ने पैदा होंगे है इत्थे अयाशी का अड्डा किन्ना है स्कूलों का गढ़ किन्ना है यह सवाल कोखियो जरूर जे तुसी अज सवाल नहीं कोखोगे तो कल तुहाडे ते भी यह सवाल डिगेगा कि तुसी किहड़े रंग के कपड़े पाउणे आ ते कित्थे बहना ते किहड़ी डिबेट करनी है ते किहो जे सवाल पुछने आ ते फिर मैनूं इह ना कहियो कि तुहाडे वर्गे मीडिया वाले लोग है जिहड़े वो TV स्टूडियो दे विच सवाल करदे होगे सीगे अजकल कित्थे है फिर इह ना मैनूं पुछियो बहुत धन्नवाद